ਜੱਟ ਪੰਜਾਬੀ ਦੇ ਸਾਰੇ ਦੇਸ਼ਕਾਂ ਨੂੰ ਸ਼ਹਿਰੀ ਦਿੱਤਾ ਦੀ ਪਿਆਰ ਭਰੀ ਨਮਸਤੇ ਸਤਿ ਸ਼੍ਰੀ ਅਕਾਲ ਵੈਲਕਮ ਟੂ ਸਾਂਝ ਦਿਲਾਂ ਦੀ ਕਿੰਨੀ ਸਨੋ ਪਾਤੀ ਹੈ ਕੀ ਗੱਲ ਚਾਹੁੰਦੇ ਸੀਗੇ ਕਿ ਸ਼ਹਿਰੀ ਆਰਾਮ ਨਾਲ ਘਰ ਬੈਠੇ ਤੇ ਘਰ ਨਹੀਂ ਬੈਠੀ ਮੈਂ ਆ ਗਈ ਸ਼ੋਅ ਕਰਨ ਵਾਸਤੇ ਤੁਹਾਡਾ ਜਿਹੜਾ ਪਿਆਰ ਹੈਗਾ ਨਾ ਉਹ ਖਿੱਚ ਕੇ ਲੈ ਆਂਦਾ ਹੈਗਾ ਸੋ ਸਾਰੇ ਮੌਸਮ ਦੀ ਜਿਹੜੀ ਧੁੱਪ ਹੈਗੀ ਹੈ ਜਿਹੜੀ ਸਨੋ ਹੈਗੀ ਹੈ ਜਿਹੜਾ ਮੀਂਹ ਪੈਂਦਾ ਹੈਗਾ ਸਾਰਿਆਂ ਦੀ ਪਰਵਾਹ ਕੀਤੇ ਬਗੈਰ ਕਿਉਂਕਿ ਮੈਨੂੰ ਪਤਾ ਸੀਗਾ ਕੱਲ ਮੈਂ ਤੁਹਾਡੇ ਸਾਰਿਆਂ ਨੂੰ ਕਿਹਾ ਸੀ ਕਿ ਅੱਜ ਘਰੇਲੂ ਨੁਕਤੇ ਜਿਹੜੇ ਆ ਉਹ ਅਸੀਂ ਸਾਂਝੇ ਕਰਾਂਗੇ ਔਰ ਘਰੇਲੂ ਨੁਕਤੇ ਇੱਕ ਤਰੀਕੇ ਦੀ ਮੈਂ ਕਹਿੰਨੀ ਆ ਕਿ ਜੇ ਮੈਂ ਤੁਹਾਡੀ ਜਗ੍ਹਾ ਤੇ ਹੁੰਦੀ ਤੇ ਮੈਨੂੰ ਵੀ ਬਹੁਤ ਆਸ ਹੁੰਦੀ ਔਰ ਜੋ ਤੁਹਾਡੀ ਆਸ ਲੱਗੀ ਹੁੰਦੀ ਹੈ ਤੁਹਾਡੀ ਉਮੀਦ ਲੱਗੀ ਹੁੰਦੀ ਹੈ ਉਸ ਤੇ ਫਿਰ ਕਿਵੇਂ ਉਸ ਨੂੰ ਤੋੜਿਆ ਜਾ ਸਕਦਾ ਹੈ ਔਰ ਵੈਸੇ ਵੀ ਕਿਸੇ ਦੀ ਆਸ ਔਰ ਉਮੀਦ ਨੂੰ ਕਦੀ ਤੋੜਨਾ ਨਹੀਂ ਚਾਹੀਦਾ ਪਿਆਰੇ ਦਰਸ਼ਕੋ ਤੁਸੀਂ ਮੈਨੂੰ ਈਮੇਲਸ ਕਰ ਰਹੇ ਹੋ ਜਿਸ ਦੇ ਲਈ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਪਰ ਈਮੇਲਸ ਦੇ ਵਿੱਚ ਕਈ ਜਿਹੜਾ 3-4 ਈਮੇਲਾਂ ਹੁੰਦੀਆਂ ਉਹਨਾਂ ਦਾ ਕੋਈ ਇੱਕੋ ਜਵਾਬ ਹੁੰਦਾ ਹੈ ਸੋ ਕਈ ਵਾਰੀ ਸਾਨੂੰ ਲੱਗਦਾ ਹੈਗਾ ਕਿ ਉਹ ਇੱਕੋ ਜਵਾਬ ਤੁਹਾਡੇ ਲਈ ਠੀਕ ਹੈਗਾ ਸੋ ਇਸ ਕਰਕੇ ਜੇ ਮੈਂ ਤੁਹਾਡੀ ਈਮੇਲਸ ਦਾ ਜਵਾਬ ਨਹੀਂ ਦਿੰਦੀ ਪ੍ਰੋਗਰਾਮ ਨੂੰ ਤੁਸੀਂ ਧਿਆਨ ਨਾਲ ਸੁਣੋ ਪਿਛਲੀ ਵਾਰ ਮੈਂ ਤੁਹਾਨੂੰ ਸ਼ਾਇਦ ਕੱਲ ਪਰਸੋਂ ਕਿਹਾ ਸੀਗਾ ਕਿ ਹਰ ਸ਼ੁੱਕਰਵਾਰ ਨੂੰ ਜਿਹੜੇ ਐਪੀਸੋਡ ਹੈਗੇ ਆ ਉਹ ਯੂਟਿਊਬ ਤੇ ਅਪਲੋਡ ਹੁੰਦੇ ਆ ਪਰ ਤਕਰੀਬਨ ਦੂਜੇ ਤੀਜੇ ਦਿਨ ਹੀ ਤੁਸੀਂ ਵੇਖ ਸਕਦੇ ਹੋ ਗੈਟ ਪੰਜਾਬੀ ਯੂਐਸਏ ਟਾਈਪ ਕਰੋ ਯੂਟਿਊਬ ਤੇ ਜਾ ਕੇ ਗੈਟ ਪੰਜਾਬੀ ਯੂਐਸਏ ਔਰ ਉੱਥੇ ਥੱਲੇ ਸਾਈਨ ਆਉਂਦਾ ਹੈਗਾ ਵੀਡੀਓਜ਼ ਤਕਰੀਬਨ 250 ਦੇ ਕਰੀਬ ਵੀਡੀਓਜ਼ ਜਿਹੜੇ ਮੈਂ ਸਵੇਰੇ ਵੇਖੇ ਸੀਗੇ ਔਰ ਉਹ ਜਿਹੜੀ ਉਹਨਾਂ ਦੀ ਨੰਬਰ ਹੈਗੇ ਆ ਵੱਧਦੇ ਜਾਣਗੇ ਔਰ ਉਹਨਾਂ ਦੇ ਵਿੱਚ ਸਾਰੇ ਐਪੀਸੋਡ ਤੁਸੀਂ ਵੇਖ ਸਕਦੇ ਹੋ ਦੁਬਾਰਾ ਸੋ ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਇਸ ਵਾਰੀ ਜਿਹੜੇ ਆ ਉਹ ਐਪੀਸੋਡ ਅਸੀਂ ਪਾਣੇ ਸ਼ੁਰੂ ਕੀਤੇ ਹੈਗੇ ਆ ਉਹਨਾਂ ਦਾ ਫਾਇਦਾ ਚੱਕੋ ਜੇ ਕੁਝ ਤੁਹਾਨੂੰ ਉਸ ਤੋਂ ਵਿੱਚੋਂ ਤੁਹਾਨੂੰ ਲੱਗਦਾ ਹੈ ਤੁਸੀਂ ਕੋਈ ਗਾਣਾ ਸੁਣਾਇਆ ਸੀਗਾ ਤੁਸੀਂ ਕੋਈ ਨੁਕਤਾ ਸੁਣਨਾ ਹੈਗਾ ਤੁਸੀਂ ਕੋਈ ਗੱਲ ਸ਼ੇਅਰ ਕੀਤੀ ਸੀਗੀ ਔਰ ਤੁਸੀਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤੇ ਤਾਂ ਵੀ ਤੁਸੀਂ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਸੋ ਪਿਆਰੇ ਦਰਸ਼ਕੋ ਕਿਉਂਕਿ ਘਰੇਲੂ ਨੁਕਤੇ ਸਮਾਂ ਜ਼ਾਇਆ ਨਾ ਕਰਦੇ ਹੋਏ ਪੁਰਸ਼ੋਤਮ ਅੰਕਲ ਵੀ ਜੁੜ ਚੁੱਕੇ ਨੇ ਉਹਨਾਂ ਨੂੰ ਮੈਂ ਹੋਲਡ ਰੱਖਣਾ ਚਾਹਨੀ ਆ ਔਰ ਦੇਖਦੇ ਆ ਕਿ ਸਾਡੇ ਦਰਸ਼ਕ ਸਾਨੂੰ ਕੀ ਕਹਿ ਰਹੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਕੌਣ ਗੱਲ ਕਰ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਸ਼ੈਰੀ ਜੀ ਮੈਂ ਜਸਪ੍ਰੀਤ ਬੋਲ ਰਹੀ ਹਾਂ ਕੈਲੀਫੋਰਨੀਆ ਤੋਂ ਹਾਂਜੀ ਜਸਪ੍ਰੀਤ ਜੀ ਦੱਸੋ ਹਾਂਜੀ ਬਲਾ ਤਾਂ ਜੀ ਸ਼ੈਰੀ ਜੀ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹੂੰਗੀ ਕਿ ਤੁਸੀਂ ਇੰਨੇ ਖਰਾਬ ਮੌਸਮ ਵਿੱਚ ਵੀ ਫਿਰ ਵੀ ਆਏ ਹੋ ਸਾਰਿਆਂ ਦੇ ਲਈ ਨਹੀਂ ਥੈਂਕ ਯੂ ਅੱਜ ਮੈਂ ਦਿਲੋਂ ਆਪਣੀ ਸਾਰੀ ਟੀਮ ਦਾ ਕਰਨਾ ਚਾਹਨੀ ਆ ਗੈਟ ਪੰਜਾਬੀ ਦੀ ਟੀਮ ਜਿਹੜੇ ਜਿਨ੍ਹਾਂ ਨੇ ਵਾਕਈ ਜੋ ਖਿਆਲ ਕਰਦੇ ਆ ਜਿਨ੍ਹਾਂ ਨੂੰ ਪਤਾ ਕਿ ਅਸੀਂ ਹੋਸਟ ਟੀਵੀ ਦੀ ਆਵਾਜ਼ ਬਣ ਕੇ ਦਰਸ਼ਕਾਂ ਦੇ ਨਾਲ ਜੁੜਦੇ ਹਾਂ ਥੈਂਕ ਯੂ ਸਚਿਨ ਥੈਂਕ ਯੂ ਟੀਮ ਕਿ ਤੁਸੀਂ ਖਿਆਲ ਕੀਤਾ ਔਰ ਮੈਨੂੰ ਦਰਸ਼ਕਾਂ ਲਈ ਪਹੁੰਚਾਇਆ ਇੱਥੇ ਹਾਂਜੀ ਠੀਕ ਹੈ ਜੀ ਉਹਨੇ ਸ਼ਰੀ ਜੀ ਮੇਰਾ ਨਾ ਬੇਟਾ ਹੈ ਜੀ 12 ਸਾਲ ਦਾ ਉਹਨੂੰ ਨਾ ਮੂੰਹ ਚੋਂ ਰੇਸ਼ਾ ਬਹੁਤ ਆਉਂਦਾ ਮੈਂ ਤੁਹਾਨੂੰ ਲਾਸਟ ਹਾਂ ਤੁਸੀਂ ਕਿਹਾ ਸੀ ਹਾਂਜੀ ਹਾਂਜੀ ਬੇਟੇ ਨੂੰ ਰੇਸ਼ਾ ਆਉਂਦਾ ਹੈ ਠੀਕ ਹੈ ਦੱਸਿਆ ਨਹੀਂ ਠੀਕ ਹੈ ਪੁਰਸ਼ੋਤਮ ਅੰਕਲ ਸਤਿ ਸ਼੍ਰੀ ਅਕਾਲ ਵੈਲਕਮ ਵਾਂਸ ਅਗੇਨ ਜੀ ਸੋ ਸਾਡੀ ਭੈਣ ਨੇ ਸਾਨੂੰ ਕਿਹਾ ਕਿ ਬੇਟੇ ਨੂੰ ਬਹੁਤ ਰੇਸ਼ਾ ਆਉਂਦਾ ਹੈਗਾ 12 ਸਾਲ ਦਾ ਕੀ ਹੋਣਾ ਚਾਹੀਦਾ ਉਸਦਾ ਇਲਾਜ ਬੇਟਾ ਜੀ ਰੇਸ਼ੇ ਦੀਆਂ ਇੱਕ ਤਾਂ ਹੁੰਦੀ ਹੈ ਕਿਸੇ ਨੂੰ ਸਰਦੀ ਲੱਗੀ ਏ ਤੇ ਤਾਂ ਉਹ ਇੱਕ ਤੋਂ ਰੇਸ਼ਾ ਆਉਂਦਾ ਠੀਕ ਹੈ ਹਾਂਜੀ ਦਿਮਾਗ ਤੋਂ ਰੇਸ਼ਾ ਕਿਰਦਾ ਅੱਛਾ ਥੋੜਾ ਜਿਹਾ ਇਹਨਾਂ ਜ਼ਰੂਰ ਦੱਸਣ ਕਿ ਉਹ ਰੇਸ਼ਾ ਕਿਸ ਤਰੀਕੇ ਆ ਕਿ ਕਿਵੇਂ ਆਉਂਦਾ ਉਹ ਠੀਕ ਹੈ ਭੈਣ ਜੀ ਤੁਸੀਂ ਸੁਣ ਰਹੇ ਹੋ ਤੇ ਇਹ ਸਾਨੂੰ ਥੋੜਾ ਜਿਹਾ ਡਿਟੇਲ ਵਿੱਚ ਦੱਸੋ ਹਾਂ ਡਿਟੇਲ ਤਾਂ ਜਿਵੇਂ ਤੁਹਾਨੂੰ ਨਾਲ ਦੀ ਨਾਲ ਹੀ ਉਹਦਾ ਸੋਲੂਸ਼ਨ ਦੱਸ ਦੇਣਾ ਠੀਕ ਹੈ ਅੰਕਲ ਪਲੀਜ਼ ਹੋਲਡ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਕੌਣ ਗੱਲ ਕਰ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਸ਼ੈਲ ਭੈਣ ਜੀ ਹਾਂਜੀ ਹਾਂਜੀ ਅਸੀਂ ਇੱਥੋਂ ਮੋਡੈਸਟ ਕੈਲੀਫੋਰਨੀਆ ਤੋਂ ਬੋਲ ਰਹੇ ਹਾਂ ਮੈਂ ਪੁੱਛਣਾ ਸੀ ਮੇਰੇ ਵਾਲ ਬਹੁਤ ਛੱਟਦੇ ਆ ਨਾਲੇ ਦੋ ਮੂਹੇ ਜਿਹਾ ਰਫ ਜੀ ਨਹੀਂ ਹੋ ਜਾਂਦੇ ਉਦਾਂ ਹੀ ਆ ਅੱਛਾ ਇਹ ਮੈਨੂੰ ਦੱਸੋ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਹੈਗੀ 29 ਔਰ ਇਹ ਵਾਲ ਕਦੋਂ ਤੋਂ ਝੜਨੇ ਸ਼ੁਰੂ ਹੋਏ ਆ 3-4 ਸਾਲ ਹੋ ਗਏ ਆ 3 ਸਾਲ ਹੋ ਗਏ ਜਾਨੀ ਕਿ ਬਹੁਤ ਜ਼ਿਆਦਾ ਨਿਕਲਦੇ ਆ ਬਾਲ ਰਫ ਜੀ ਨੇ ਜਿੱਦਾਂ ਹੋ ਜਾਂਦੇ ਉਦਾਂ ਹੀ ਆ ਅੱਛਾ ਅੱਛਾ ਦੋ ਮੂਹੇ ਵਾਲ ਦਾ ਤੇ ਇਹ ਇਲਾਜ ਹੈਗਾ ਕਿ ਜੇ ਤੁਸੀਂ ਬਿਲਕੁਲ ਮਤਲਬ ਵਾਲ ਨਹੀਂ ਕੈਂਚੀ ਨਹੀਂ ਟੱਚ ਕਰਨੀ ਫਿਰ ਤੇ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਵਾਲਾਂ ਨੂੰ ਨਾ ਹਰੇਕ 1.5 ਮਹੀਨੇ ਬਾਅਦ ਟ੍ਰਿਮਿੰਗ ਕਰਾਉਣੀ ਚਾਹੀਦੀ ਹੈ ਜੇਕਰ ਤੁਸੀਂ ਵਾਲਾਂ ਨੂੰ ਕੈਂਚੀ ਲਵਾ ਸਕਦੇ ਹੋ ਤੇ ਠੀਕ ਹੈ ਜੇ ਤੁਸੀਂ ਹਾਂ ਜੇ ਤੁਸੀਂ ਨਹੀਂ ਫਿਰ ਉਸਦਾ ਇਹੀ ਇਲਾਜ ਹੈਗਾ ਕਿ ਵਾਲਾਂ ਨੂੰ ਜਦੋਂ ਆਪਾਂ ਜੂੜਾ ਕਰਦੀਆਂ ਨਾ ਲੇਡੀਜ਼ ਹਾਂਜੀ ਜਿਸ ਤਰ੍ਹਾਂ ਵਾਲ ਧੋਏ ਤੇ ਉਹਨਾਂ ਨੂੰ ਗੋਲ ਗੋਲ ਬੰਨ ਲੈਂਦੀਆਂ ਵਾ ਹਾਂਜੀ ਉਹ ਨਹੀਂ ਕਰਨਾ ਚਾਹੀਦਾ ਖਾਸ ਤੌਰ ਤੇ ਜਿਹੜੇ ਗਿੱਲੇ ਵਾਲ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸੁੱਕਣ ਦਿਓ ਹਰ ਵਾਰੀ ਨਾ ਕਰੋ
पर ड्रायर रखो एक जिस दे नाल इको दम तुसी मान लो तो लगता है कि गिला सिर है तुसी काम ते जाना है फटाफट वाल बनने कुछ उपरों बाल लिता स्काफ वगैरह उस वक्त तुसी कंगी दे नाल चंगी तरह ड्रायर करो वालों नू सीधे सीधे करके सुकाओ। प्यारे दर्शकों मैं भैन तुहानू दसना चाहवांगी कि जो साडे वाल ने ना वह पाइप हैगे आ पाइप समझते हो ना तुसी पानी वाली पाइपां होंदियां जिवें सो जिन्ना उहनू तुसी मोड़ोगे उस दे विच क्रैक्स पैने शुरू हो जाणगे। बदाम दे तेल दे विच, ओलिव ऑयल दे विच, नारियल तेल दे विच, किसी दे विच भी तुसी 2 चम्मच जिन्नी तुहाडी वालां दी लंबाई है छोटे वाल ने ते थोड़ा ज्यादा वाल ने तुसी तुहाडे भारी वाल ने उस दे विच 2-3 चम्मच सेब दा सिरका पा के कॉटन दे नाल चंगी तरह जिथे जिथे डैंड्रफ हैगी है उत्थे तुसी ऑयल मसाज करो और उस तो बाद तुसी सिर धो दिओ तुहाडे वाल शाइनी हो जाणगे चमकदार हो जाणगे और तुहानू आप नू लगेगा कि डैंड्रफ भी खत्म हो रही है। प्यारे दर्शको तुहानू पता हैगा कि तुहाडे सारे दी फरमाइश ते समा 4:15 बजे तक सो पुरशोत्तम अंकल साडे नाल ने प्रोग्राम दा पहला ब्रेक तो मिलते हैं ब्रेक के बाद। अंबा ज्वेलर हर किसी दी पहली पसंद वेस्टर्न ते ट्रेडिशनल ज्वेलरी दी वैरायटी दी है परमार हर तरह दी पार्टी वेडिंग ओकेजन ले तुहानू करदा है तैयार नाल ही अवेलेबल हन 24-कैरेट गोल्ड कॉइंस ते स्पेशल गिफ्ट्स अंबा ज्वेलर्स 3713 74th Street जैक्सन हाइट्स न्यूयॉर्क फोन 718-639-2300। जसप्रीत सिंह अटॉर्नी एट लॉ फॉर ऑल योर इमिग्रेशन मैटर्स असाइलम केसेस डेपोर्टेशन फैमिली लॉ डाइवोर्स बैंकरप्सी एंटरटेनमेंट वीजास ग्रीन कार्ड एक्सेट्रा प्लीज कॉन्टैक्ट द लॉ ऑफिस ऑफ जसप्रीत सिंह विद ओवर 15 ईयर्स ऑफ एक्सपीरियंस वी हैव हैंडल्ड मेनी क्रिटिकल केसेस। We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. Indian Flavors Restaurant. Ithe tuhanu milega exotic Indian food. Special veg ate non-veg menu. Open 7 days a week. 11 a.m. to 10 p.m. Restaurant which parties lay special arrangements. Har roz lunch buffet 11 a.m. to 2 p.m. Special offer Valentine's Day mocha 20% off. Visit 3930 Meridian Street, Bellingham, Washington 98226. For catering needs call. ओबामा केयर अनुसार 2014 के शुरू तो अमेरिकन लिए हेल्थ इंश्योरेंस करवाना लाजमी कर दिया गया है। जेकर तुहानू पहला तो ही कोई हेल्थ इशू है तद भी इंश्योरेंस कंपनी वालों इंश्योरेंस देने लिए तुहानू मना नहीं किया जाएगा। पंजाब इंश्योरेंस के सर्टिफाइड एडवाइजर तुहानू सही अते वधिया प्लान लैन च पूरी मदद करेंगे जिसकी कोई फीस नहीं होएगी। ओबामा केयर विच एनरोल होने की डेडलाइन 31 मार्च 2014 है सो अमेरिका के किसी भी शहर साडा प्रोग्राम देख रहे हो ओबामा केयर हेल्थ इंश्योरेंस करवाने लिए पंजाब इंश्योरेंस के नंबर पर हुने कॉल करो। कैलिफोर्निया दियां ट्रकिंग कंपनियां विचों इको एक तजर्बेकार ते भरोसेयोग नाम SNS ट्रकिंग जो पिछले 20 सालां तों तुहाडी सेवा करदी आ रही है। ਸਾਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਦੇ ਡੈਡੀਕੇਟਡ ਰਨ ਲਈ ਤਜਰਬੇਕਾਰ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਲੋਡ ਲਾਉਣ ਤੋਂ ਤੁਰੰਤ ਬਾਅਦ ਆਪਣਾ ਪੇਪਰ ਵਰਕ ਦਫ਼ਤਰ ਵਿੱਚ ਜਮ੍ਹਾਂ ਕਰਵਾਓ
अपना चेक लैके खुशी खुशी अपने घर जाओ। वधेरे जानकारी लैण लई कॉल करो बाई जी नाजर सहोता ते स्टीव ढिल्लो नूं 5982788131। वेलकम बैक जी। पुरशोत्तम अंकल ने जो वाला नूं चढ़न तो बचाने दे लई नुक्ता दस्सिया, हुण तुहाडे नाल शेयर कर दी आ। गुरप्रीत साडे नाल जुड़े ने। गुरप्रीत हां जी, की कह रहे सी तुसी, प्लीज दसो। हां जी दी, मैं दस रही सी, मैं 2 साल हो गए मैं डिग गई सीगी है ना। ओदे करके मेरी लत्तां दे मतलब गोड्यां तों थल्ले मसल वीक होण लग गए। ठीक है, ਜਿਵੇਂ ਡਾਕਟਰ ਨੇ ਹਜੇ ਤੱਕ ਮੈਨੂੰ ਟੈਸਟ ਕਰ ਲੈਂਦੇ, ਜਿਵੇਂ ਮੈਨੂੰ ਉਹਨਾਂ ਨੇ ਦਵਾਈ ਵਗੈਰਾ ਕੋਈ ਨਹੀਂ ਦਿੱਤੀ ਹੈਗੀ। ਉਹ ਕਹਿੰਦੇ ਹਜੇ ਸਾਡੇ ਕੋਲ ਇਸ ਤਰ੍ਹਾਂ ਦੀ ਦਵਾਈ ਹੈ ਹੀ ਨਹੀਂ ਕੋਈ। ਠੀਕ ਹੈ, ਜਿਵੇਂ ਹੁਣ ਮੇਰੀਆਂ ਲੱਤਾਂ ਦੁਖਦੀਆਂ ਵਗੈਰਾ ਬਿਲਕੁਲ ਨਹੀਂ, ਜਦੋਂ ਮੈਂ ਤੁਰਦੀ ਆ ਪਰ ਮੈਨੂੰ ਚੱਕ ਚੱਕ ਕੇ ਪੈਰ ਰੱਖਣਾ ਪੈਂਦਾ ਵੀ, ਜਿਵੇਂ ਤੁਰਨ 'ਚ ਪ੍ਰੋਬਲਮ ਆਉਂਦੀ ਆ, ਉਹ ਬਿਲਕੁਲ ਨਹੀਂ ਹੈਗੀ ਕੋਈ ਪ੍ਰੋਬਲਮ। ਗੁਰਪ੍ਰੀਤ ਹੋਲਡ ਕਰੋ ਪਲੀਜ਼, ਤੁਸੀਂ ਫੋਨ ਰੱਖ ਦਿਓ ਤੇ ਟੀਵੀ ਤੇ ਸੁਣੋ। ਠੀਕ ਹੈ, ਠੀਕ ਹੈ ਜੀ, ਓਕੇ ਓਕੇ। ਹੈਲੋ, ਹਾਂਜੀ ਪੁਰਸ਼ੋਤਮ ਅੰਕਲ, ਸਾਡੀ ਗੁਰਪ੍ਰੀਤ ਕਹਿੰਦੀ ਆ ਵੀ 2 ਸਾਲ ਪਹਿਲੇ ਡਿੱਗ ਗਈ ਸੀਗੀ ਤੇ ਇਹਦੇ ਜਿਹੜੇ ਮਸਲ ਨੇ ਉਹ ਬਹੁਤ ਕਮਜ਼ੋਰ ਹੋ ਗਏ ਨੇ, ਪੈਰ ਚੱਕ ਚੱਕ ਕੇ ਰੱਖਦੀ ਹੈ, ਕੀ ਕਰ ਸਕਦੀ ਹੈ? ਉਹ ਇਸ ਤਰ੍ਹਾਂ ਬੇਟਾ ਜੀ ਕਰ ਸਕਦੀ ਹੈ ਵੀ ਕਿੰਨੀ ਕੇ ਜੀ ਉਹਦੀ 22-24 ਸਾਲ। ਹਾਂਜੀ, ਆਵਾਜ਼ ਤੋਂ ਤੇ ਯੰਗ ਹੀ ਲੱਗ ਰਹੀ ਹੈ। ਹਾਂਜੀ, ਆ ਮੈਂ ਵੀ ਆਵਾਜ਼ ਸੁਣੀ, ਆਵਾਜ਼ ਤੋਂ ਮੈਨੂੰ 24-25 ਸਾਲ ਦੀ ਉਹ ਬੀਬੀ ਲੱਗੀ ਹੈ। ਹਾਂਜੀ, ਪਰ ਉਹ ਬੇਟਾ ਜੀ ਸਭ ਤੋਂ ਵਧੀਆ ਤੇ ਆ ਵੀ ਇੰਡੀਆ ਤੋਂ 2 ਚੀਜ਼ਾਂ ਤਾਂ ਉਹ ਖਾਣ ਲਈ ਮੰਗਵਾਏ। ਹਾਂ ਗੁਰਪ੍ਰੀਤ, ਨੋਟ ਕਰ ਲਓ, 2 ਚੀਜ਼ਾਂ ਖਾਣ ਲਈ ਮੰਗਾਣੀਆਂ ਤੁਸੀਂ। ਹਾਂਜੀ ਅੰਕਲ, ਬੇਟਾ ਇੱਕ ਤਾਂ ਸਵਰਨ ਬੰਗ, ਸਵਰਨ ਬੰਗ ਜੀ 2-3 ਤੋਲੇ ਲੈ ਆਵੇ। ਠੀਕ ਹੈ, ਤੇ ਲੋਹ ਪਸਮ, ਲੋਹ ਪਸਮ ਠੀਕ ਹੈ। ਹਾਂਜੀ ਜੀ, ਤੇ ਸੁੱਚੇ ਮੋਤੀ ਪਸਮ, ਸੁੱਚਾ ਮੋਤੀ ਪਸਮ। ਇਹ ਕਿੰਨੀ ਕਿੰਨੀ ਲੋ ਪਸਮ ਤੇ ਸੁੱਚਾ ਮੋਤੀ? ਇਹ ਬੇਟਾ ਆਪਦੀ ਸਿਹਤ ਮੁਤਾਬਕ ਲਾ ਲਓ, ਜਾਂ ਜਿੰਨੀ ਕੋ ਦੀ ਏਜ ਹੈ ਜੀ ਉਹ ਛੇਤੀ ਠੀਕ ਹੋਣਾ ਚਾਹੀਦੀ। 2-2 ਤੋਲੇ ਜਾਂ 3-3 ਤੋਲੇ 30-30 ਗ੍ਰਾਮ ਮੰਗਵਾ ਲਵੇ। ਠੀਕ ਹੈ ਅੰਕਲ ਜੀ, ਇਹ ਬੈਦਰਾਸ ਵਾਲਿਆਂ ਦੀ ਜਾਂ ਡਾਬਰ ਵਾਲਿਆਂ ਦੀ ਉੱਥੋਂ ਮਿਲ ਜਾਂਦੀ ਹੈ ਬਣੀ ਬਣਾਈ। ਠੀਕ ਹੈ, ਕੋਈ ਉਹਦਾ ਗਿਆ ਆਵੇ ਲੈ ਆਵੇ। ਇਹ ਮੱਖਣ 'ਚ, ਮਲਾਈ 'ਚ, ਸ਼ਹਿਦ 'ਚ ਸਿਰਫ ਚਾਪ ਚੌਲ ਦੇ ਦਾਣੇ ਜੀ ਨਹੀਂ ਖਾਣੀ ਹੈ। ਠੀਕ ਹੈ, ਅੰਦਰੋਂ ਮਸਲ ਜਿਹੜੇ ਨੇ ਮਜ਼ਬੂਤ ਹੋਣਗੇ। ਤੇ ਦੂਜਾ ਬੇਟਾ ਜੀ ਉਹਨਾਂ ਨੇ ਮੰਗਵਾਉਣਾ ਹੈ ਜਿਹੜਾ ਮਿੱਠਾ ਤੇਲ, ਜਿਹੜਾ ਤਿਲਾਂ ਦਾ ਤੇਲ, ਤਿਲਾਂ ਦਾ ਤੇਲ। ਹਾਂਜੀ ਅੰਕਲ, ਇਹ ਖਾਣੀ ਕਿਵੇਂ ਹੈ? ਰਾਤੀ ਸੌਣ ਤੋਂ ਪਹਿਲੇ ਦੁੱਧ ਨਾਲ ਕਿਵੇਂ ਖਾਣੀ? ਇੱਕ ਟਾਈਮ ਤੇ, ਜਿਸ ਟਾਈਮ ਤੇ ਮਰਜ਼ੀ ਖਾ ਲਓ, 4 ਚੌਲ ਦੇ ਦਾਣੇ ਜੀ ਨਹੀਂ ਖਾਣੀ ਹੈ, ਮੱਖਣ 'ਚ, ਮਲਾਈ 'ਚ, ਸ਼ਹਿਦ 'ਚ, ਇੱਕ ਟਾਈਮ ਤੇ ਖਾਣੀ, ਜਦੋਂ ਮਰਜ਼ੀ ਉਹਨੂੰ ਸੂਟ ਕਰੇ ਟਾਈਮ ਉਦੋਂ ਹੀ ਖਾ ਸਕਦੀ। ਠੀਕ ਹੈ ਅੰਕਲ, ਹਾਂਜੀ। ਤਾਂ ਦੂਸਰਾ ਬੇਟਾ ਜੀ, ਉਹਨੇ ਤੇਲ ਦੀ ਇੱਕ ਮਾਲਿਸ਼ ਕਰਨੀ ਹੈ, ਮਿੱਠਾ ਤੇਲ, ਮਿੱਠਾ ਤੇਲ ਜਿਹਨੂੰ ਤਿਲਾਂ ਦਾ ਤੇਲ ਕਹਿੰਦੇ ਨੇ ਲੈ ਆਵੇ। 2 ਤੋਲੇ ਉਹਦੇ ਵਿੱਚ, ਜਿਵੇਂ 1.5 ਕਿਲੋ ਹੈ ਤੇ ਉਹਦੇ ਵਿੱਚ 2 ਤੋਲੇ ਪਾਉਣਾ ਹੈ ਆਪਣਾ ਸ਼ਿੰਗਰਫ ਅਰੂਮੀ, ਸ਼ਿੰਗਰਫ ਅਰੂਮੀ, ਸ਼ਿੰਗਰਫ ਅਰੂਮੀ। ਫਿਰ ਉਹਦੇ ਵਿੱਚ ਜੀ ਉਹਨਾਂ ਨੇ ਪਾਉਣਾ ਹੈ ਅਜਵਾਇਣ, ਸ਼ਿੰਗਰਫ ਅਰੂਮੀ 2 ਤੋਲੇ, ਅਜਵਾਇਣ ਕਿੰਨੀ? 2 ਤੋਲੇ। ਹਾਂਜੀ, 2 ਤੋਲੇ ਸੁੰਡ, ਹਾਂਜੀ 2 ਤੋਲੇ ਦਾਲਚੀਨੀ, ਅੱਛਾ ਜੀ 2 ਤੋਲੇ ਜਾਇਫਲ, ਜਾਇਫਲ 2 ਤੋਲੇ, ਹਾਂਜੀ। ਤੇ ਇਹਨਾਂ ਬੇਟਾ ਕੁੱਟ ਕੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਵਿੱਚ ਪਾਉਣਾ ਹੈ ਤੇ ਤੇਲ ਦੇ ਵਿੱਚ ਜਦੋਂ ਪਾ ਦੇਣਾ ਇਹਨੂੰ ਲੱਕੜ ਦੀ ਸੋਟੀ ਨਾਲ ਲਾਉਣਾ ਹੈ, ਕਿੰਨੀ ਦਾ ਤੇਲ ਨੇ ਬਾਹਰ ਨੂੰ ਨਿਕਲ ਨੂੰ ਕਰਨਾ। ਠੀਕ ਹੈ, ਕਿਉਂਕਿ ਇਹਦਾ ਵਾਲਾ ਇੰਨਾ ਤੇਲ ਹੈਗਾ, ਲੱਕੜ ਦੀ ਸੋਟੀ ਨਾਲ ਲਾਈ ਜਾਓਗੇ। ਠੀਕ ਹੈ, ਬਾਅਦ 'ਚ ਜਦੋਂ ਉਹ ਝਾਗੋ ਦੀ ਥੱਲੇ ਬਹਿ ਜਾਵੇ ਤੇ ਉਹਨੂੰ ਥੱਲੇ ਲਾ ਕੇ ਰੱਖ ਲਵੋ, ਉੜ ਕੇ ਕਿਸੇ ਵੀ ਬੋਤਲ ਦੇ ਵਿੱਚ ਪਾ ਲਵੋ ਤੇ ਉਹਦੀ ਮਾਲਿਸ਼ ਐਵਰੀ ਡੇ ਜਿੰਨਾ ਟਾਈਮ ਵੀ ਕਰ ਸਕਦੇ ਹੋ। ਅੰਕਲ ਇੱਕ ਮਨ ਦੇ ਵਿੱਚ ਸਵਾਲ ਆ ਰਿਹਾ ਕਿ ਜਿਹੜੇ ਕਹਿੰਦੇ ਆ ਮੋਢੇ ਉਤਰ ਜਾਂਦੇ ਆ, ਗੋਡੇ ਲੈ ਜਾਂਦੇ ਆ, ਕਿ ਉਹ ਇਹ ਤੇਲ ਮਲ ਸਕਦੇ, ਆਰਾਮ ਆਏਗਾ ਉਸ ਦੇ ਵਿੱਚ? ਹਾਂਜੀ ਹਾਂਜੀ ਬੇਟਾ ਜੀ, ਇਹ ਆਰਾਮ ਉਹਨਾਂ ਨੂੰ ਦਰਦ ਤੋਂ ਆਵੇਗਾ, ਮੋਢਾ ਚੜ ਜਾਏ ਉਹਦੇ ਉੱਤੇ ਸੁੰਡ ਤੇ ਦਾਲਚੀਨੀ ਧੂੜ ਕੇ ਤੇ ਉੱਤੇ ਕਪੱਟਾ ਜਾਂਦਾ ਜਾਂ ਗਰਮ ਪੱਟੀ, ਉਹ ਵਲਦਿਆ ਕਰਨ ਤੇ ਜੁਆਇੰਟ ਤੋਂ 1-2 ਦਿਨ ਉਹਨੂੰ ਮੋਢੇ ਨੂੰ ਹਿਲਾਓ ਨਾ ਜ਼ਿਆਦਾ, ਉਹਦੇ ਤੋਂ ਕੰਮ ਨਾ ਲੈਣ, ਭਾਰ ਨਾ ਚੁੱਕਣ। ਠੀਕ ਹੈ ਜੀ, ਪੀੜ ਵੀ ਨਹੀਂ ਹੋਏਗਾ ਤੇ ਮੋਢਾ ਅੰਦਰ ਉਹਦਾ ਜੁਆਇੰਟ ਜਿਹੜਾ ਵਿੱਚ ਆਪਦੇ ਜੋੜ 'ਚ ਖਲੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਉਹ ਵਿੱਚੋਂ ਚਰਬੀ ਨਿਕਲ ਜਾਂਦੀ, ਢਿੱਲਾ ਹੋ ਜਾਂਦਾ ਜੁਆਇੰਟ, ਉਹ ਬਾਹਰ ਨਿਕਲਦਾ।
ਠੀਕ ਹੈ ਅੰਕਲ ਠੀਕ ਹੈ ਹਾਂ ਨਾਲੇ ਤਾਂ ਦਰਦਾਂ ਹਟ ਜਾਏਗੀ ਨਾਲੇ ਉਹ ਮਜ਼ਬੂਤ ਹੋ ਜਾਏਗਾ ਤੇ ਬਾਅਦ ਚ ਆ ਵੀ ਕੰਟੀਨਿਊਸ ਕੋ 2 ਵੀਕਾਂ ਕਰਨਗੇ ਤਾਂ ਉਹ ਹੋ ਸਕਦਾ ਮਹਾਰਾਜ ਦੀ ਕਿਰਪਾ ਹੋਵੇ ਕਿਸੇ ਦਾ ਭੋਗੇ ਨਿਕਲਦਾ ਵੀ ਨਹੀਂ ਠੀਕ ਹੈ ਅੰਕਲ ਠੀਕ ਹੈ ਜੀ ਪਲੀਜ਼ ਹੋਲਡ ਕਰੋ ਮੈਂ ਉਮੀਦ ਕਰਦੀ ਹਾਂ ਜਿਨ੍ਹਾਂ ਨੇ ਤੁਸੀਂ ਮੈਨੂੰ ਈਮੇਲ ਕਰ ਰਹੇ ਹੈਗੇ ਹੋ ਉਹਨਾਂ ਨੂੰ ਜਵਾਬ ਮਿਲ ਗਿਆ ਹੋਣਾ ਵੈਸੇ ਜਦੋਂ ਤੁਸੀਂ ਮੈਨੂੰ ਈਮੇਲ ਕਰਦੇ ਹੋ ਨਾ ਮੈਨੂੰ ਇਹ ਨਾ ਲਿਖੋ ਕਿ ਸਾਡਾ ਨੰਬਰ ਪੁਰਸ਼ੋਤਮ ਅੰਕਲ ਨੂੰ ਦੇ ਦਿਓ ਤੇ ਜਾਂ ਪੁਰਸ਼ੋਤਮ ਅੰਕਲ ਦਾ ਨੰਬਰ ਸਾਨੂੰ ਦੇ ਦਿਓ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਜਦੋਂ ਵੀ ਮੈਨੂੰ ਈਮੇਲ ਕਰੋ ਮੈਨੂੰ ਆਪਣੀ ਪਰੇਸ਼ਾਨੀ ਲਿਖੋ ਪੁਰਸ਼ੋਤਮ ਅੰਕਲ ਹਰੇਕ ਨੂੰ ਫੋਨ ਨਹੀਂ ਕਰ ਸਕਦੇ ਤੁਸੀਂ ਮੈਨੂੰ ਘੱਟ ਤੋਂ ਘੱਟ 25-30 ਈਮੇਲਾਂ ਆਈਆਂ ਹੈਗੀਆਂ ਬਜ਼ੁਰਗ ਨੇ ਉਹਨਾਂ ਦੀ ਆਪਣੀ ਫੈਮਿਲੀ ਹੈਗੀ ਹੈ ਪੋਤੇ ਦੋਤੇ ਹੈਗੇ ਆ ਸੋ ਉਹ ਮੇਰੇ ਖਿਆਲ ਤੋਂ ਇੱਕ ਇੱਕ ਬੰਦੇ ਨੂੰ ਫੋਨ ਨਹੀਂ ਕਰ ਸਕਦੇ ਉਹ ਸੇਵਾ ਦੇ ਲਈ ਕੰਮ ਕਰ ਰਹੇ ਹੈਗੇ ਆ ਜੇ ਕੋਈ ਬਹੁਤ ਐਮਰਜੈਂਸੀ ਹੈ ਆਪਣੀ ਪ੍ਰੋਬਲਮ ਲਿਖੋ ਤੁਸੀਂ ਨਾਲ ਇੱਕ ਖਾਲੀ ਮੈਨੂੰ ਇੱਕ ਈਮੇਲ ਨਾ ਕਰੋ ਉਹਨਾਂ ਨੂੰ ਕਾਲ ਨਹੀਂ ਕੀਤਾ ਜਾਏਗਾ ਪਲੀਜ਼ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗਾ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਸ਼ੈਰੀ ਜੀ ਜੀ ਹਾਂਜੀ ਮੈਂ ਜਸਪ੍ਰੀਤ ਬੋਲਦੀ ਹਾਂ ਤੋਂ ਨਾ ਮੈਂ ਕਾਲ ਕੱਟਦੀ ਸੀ ਤੁਸੀਂ ਕਹਿੰਦੇ ਸੀ ਕਿ ਟੀਵੀ ਤੇ ਸੁਣੋ ਹਾਂਜੀ ਹਾਂ ਜਸਪ੍ਰੀਤ ਹਾਂਜੀ ਉਹਨਾਂ ਮੇਰੇ ਬੇਟੇ ਨੂੰ ਰੇਸ਼ਾ ਨਾ ਸਿਰ ਚੋਂ ਨਹੀਂ ਆਉਂਦਾ ਛਾਤੀ ਚੋਂ ਆਉਂਦਾ ਜੀ ਮੈਨੂੰ ਤਾਂ 6-7 ਮਹੀਨੇ ਤੋਂ ਇਹ ਨਹੀਂ ਕਿ ਸਰਦੀ ਕਰਕੇ ਆ ਜੀ ਮੈਂ ਅੱਛਾ ਛਾਤੀ ਚੋਂ ਆਉਂਦਾ ਠੀਕ ਹੈ ਹਾਂਜੀ ਛਾਤੀ ਤੋਂ ਆਉਂਦਾ ਹੈ ਸਿਰ ਚੋਂ ਨਹੀਂ ਗਾ ਜੀ ਮੈਂ ਉਹ ਨੱਕ ਚੋਂ ਨਹੀਂ ਆਉਂਦਾ ਬਿਲਕੁਲ ਜ਼ਿਆਦਾ ਨਾ ਮੂੰਹ ਚੋਂ ਹੀ ਜ਼ਿਆਦਾ ਤੁਰਦਾ ਰਹਿੰਦਾ ਜੀ ਅੱਛਾ ਅੱਛਾ ਚਲੋ ਠੀਕ ਹੈ ਪੁਰਸ਼ੋਤਮ ਅੰਕਲ ਤੋਂ ਸੁਣਦੇ ਹੈਲੋ ਪੁਰਸ਼ੋਤਮ ਅੰਕਲ ਹੈਲੋ ਹਾਂਜੀ ਹਾਂਜੀ ਉਹ ਸਾਡੀ ਭੈਣ ਕਹਿੰਦੀ ਹੈ ਕਿ ਉਹ ਰੇਸ਼ਾ ਜਿਹੜਾ ਉਹ ਛਾਤੀ ਤੋਂ ਆਉਂਦਾ ਹੈ ਉਹ ਹੋਰ ਨਹੀਂ ਉਹਨੂੰ ਦਿਮਾਗ ਚੋਂ ਜਾਂ ਹੋਰ ਕਿਤੋਂ ਮੈਂ ਸੁਣ ਲਿਆ ਜੀ ਉਹਨਾਂ ਨੂੰ ਮੈਂ ਦੱਸਣ ਲੱਗਾ ਉਹ ਬੀਬੀ ਲਿਖ ਲੈ ਜਵਾਬ ਹਾਂਜੀ ਜਵਾਬ ਲਿਖ ਲਓ ਭੈਣ ਜੀ ਉਹ ਉਹਦੇ ਲਈ ਬੇਟਾ ਜੀ ਵੀ ਸਭ ਤੋਂ ਵਧੀਆ ਤੇ ਆ ਵੀ ਉਹ ਜਿਹੜੀ ਸਵਰਨ ਬੰਗ ਹੈ ਉਹਨੂੰ ਉਹ ਇੰਡੀਆ ਤੋਂ ਮਗਾਉਣ ਸਵਰਨ ਬੰਗ ਹਾਂਜੀ ਹਾਂਜੀ ਤੇ ਜਿਹੜੀ ਲੋਹ ਪਸਮ ਹੈ ਠੀਕ ਹੈ ਇਹ ਸਾਰੇ ਜਿਨ੍ਹਾਂ ਨੂੰ ਰੇਸ਼ੇ ਦੀ ਪਰੇਸ਼ਾਨੀ ਹੈ ਉਹ ਇਸਤੇਮਾਲ ਕਰ ਸਕਦੇ ਨੇ ਇਹ ਬੇਟਾ ਜੀ ਛਾਤੀ ਤੋਂ ਵੀ ਰੇਸ਼ਾ ਆਉਂਦਾ ਹੋਵੇ ਤੇ ਤਕਰੀਬਨ ਸਿਰ ਦੇ ਨਜਲੇ ਤੋਂ ਤਾਂ ਹੋਰ ਚੀਜ਼ਾਂ ਹੈ ਸਿਰ ਤੋਂ ਵੀ ਰੇਸ਼ਾ ਕਿਰਦਾ ਛਾਤੀ ਤੋਂ ਵੀ ਉੱਠਦਾ ਹੈ ਠੀਕ ਹੈ ਜੇ ਅੱਗੇ ਸਾਹ ਨੂੰ ਪ੍ਰੋਬਲਮ ਚੱਲ ਗਈ ਤੇ ਫਿਰ ਇਹ ਜਿਹੜੀਆਂ ਮੈਂ ਪਹਿਲਾਂ ਦੋਨੇ ਚੀਜ਼ਾਂ ਦੱਸੀਆਂ ਨੇ ਲੋਹ ਪਸਮ ਤੇ ਸਵਰਨ ਬੰਗ ਹਾਂਜੀ ਇਹ ਜਿੰਨਾ ਕੁ 13 ਜਾਂ 10 12 ਸਾਲ ਦਾ 14 ਸਾਲ ਦਾ ਬੱਚਾ ਹੈ ਉਹਨੂੰ ਦੋ ਚੌਲ ਦੇ ਦਾਣੇ ਜੀ ਨਹੀਂ ਐਵਰੀ ਡੇ ਸ਼ਾਇਦ ਚ ਦੇਣ ਠੀਕ ਹੈ ਛਾਤੀ ਚਾਹੇ ਬੋਲਦੀ ਹੈ ਚਾਹੇ ਉਸ ਤੋਂ ਰੇਸ਼ਾ ਉੱਡਦਾ ਹੈ ਤੇ ਉਹ ਹਟ ਜਾਏਗਾ ਜੇ ਵੇਖੋ ਬੱਚਾ ਤਾਂ ਉਹਨਾਂ ਦਾ ਆਪਾਂ ਤਾਂ ਸਮਝ ਕੇ ਹੀ ਤੁਹਾਡੇ ਸੁਣ ਕੇ ਹੀ ਦੱਸਣਾ ਨਾ ਜੇ ਬੱਚਾ ਥੋੜਾ ਜਿਹਾ ਸਾਹ ਖਿੱਚ ਕੇ ਲੈਂਦਾ ਹੈ ਕੱਲ ਨੂੰ ਸਾਹ ਦੀ ਕੋਈ ਹੋਰ ਪ੍ਰੋਬਲਮ ਬਣ ਜੇ ਤੇ ਸੁਹਾਗਾ ਲੈ ਸੁਹਾਗੇ ਨੂੰ ਫੁੱਲ ਕਰਨ ਠੀਕ ਹੈ ਸੁਹਾਗੇ ਨੂੰ ਮੱਠੇ ਸਲੋ ਚ ਉਹ ਚਿੱਟਾ ਜਿਹਾ ਇੱਕ ਪਾਊਡਰ ਬਣ ਜਾਏਗਾ ਹਾਂਜੀ ਇਹ ਵੇਖੋ ਬੇਟਾ ਜੀ ਤੁਹਾਨੂੰ ਕਿਸੇ ਹੋਰ ਨੇ ਵੀ ਸ਼ਾਇਦ ਕਾਲ ਕੀਤੀ ਹੋਵੇ ਕਿਸੇ ਨੂੰ ਦਮਾ ਵੀ ਹੋਵੇ ਸਾਹ ਉਖੜਦਾ ਹੋਵੇ ਹਾਂਜੀ ਛਾਤੀ ਦੇ ਉੱਤੇ ਰੇਸ਼ਾ ਹੋਵੇ ਫੇਫੜੇ ਪੂਰੇ ਫੁੱਲ ਕੇ ਨਾ ਖੁੱਲਦੇ ਹੋਣ ਸਾਹ ਚ ਪ੍ਰੋਬਲਮ ਆਉਂਦੀ ਹੋਵੇ ਹਾਂਜੀ ਇਹ ਦੋ ਚੁਟਕੀਆਂ ਤੁਸੀਂ ਸ਼ਹਿਰ ਚ ਵੀ ਲਾ ਕੇ ਖਾ ਸਕਦੇ ਹੋ ਠੀਕ ਹੈ ਜੇ ਵੱਡੇ ਬੰਦੇ ਨੂੰ ਕਿਸੇ ਨੂੰ ਦਮੇ ਵਾਂਗੂ ਪ੍ਰੋਬਲਮ ਹੈ ਸਾਹ ਔਖਾ ਹੁੰਦਾ ਹੈ ਤੇ ਉਹ ਚਮਚੇ ਦਾ ਅੱਗੋਂ ਚੌਥਾ ਹਿੱਸਾ ਹਾਂਜੀ ਜਸਪ੍ਰੀਤ ਹਾਂਜੀ ਸ਼ੈਰੀ ਜੀ ਮੈਂ ਕੱਲ ਵੀ ਫੋਨ ਲਾਇਆ ਸੀਗਾ ਜੀ ਮੈਂ ਪੁਰਸ਼ੋਤਮ ਜੀ ਤੋਂ ਇਹ ਪੁੱਛਣਾ ਸੀਗਾ ਜੀ ਕਿ ਆਪਣੇ ਮਦਰ ਇਨ ਲਾਅ ਤੇ ਆਪਣੇ ਹਸਬੈਂਡ ਲਈ ਹਾਂਜੀ ਮੇਰੇ ਮੰਮੀ ਜੀ ਨੂੰ ਨਾ ਬੈਕ ਦੀ ਪ੍ਰੋਬਲਮ ਆ ਤੇ ਉਹਨਾਂ ਦੇ ਨਾਲ ਰਾਈਟ ਲੈਗ ਤੇ ਰਾਈਟ ਬਾਜੂ ਹਾਂਜੀ ਸ਼ੋਲਡਰ ਤੋਂ ਉਹ ਕਾਫੀ ਜਿਵੇਂ ਲਾਈਕ ਇੱਕ ਤਰ੍ਹਾਂ ਖੜੀ ਆ ਮਤਲਬ ਮੂਵ ਨਹੀਂ ਕਰਦੇ ਇੰਨੀ ਸੋ ਉਹਨਾਂ ਨੂੰ ਭਾਰੀ ਭਾਰੀ ਫੀਲ ਹੁੰਦੀ ਆ ਸੋ ਡਾਕਟਰਸ ਤਾਂ ਜਿੱਦਾਂ ਕਹਿੰਦੇ ਨੇ ਕਿ ਆਰਥਰਾਈਟਿਸ ਆ ਸੋ ਉਹਨਾਂ ਨੂੰ ਹੁਣ ਏਦਾਂ ਆ ਵੀ ਕੋਈ ਜਿਵੇਂ ਦੇਸੀ ਇਲਾਜ ਹੋਵੇ ਤਾਂ ਉਹਦੇ ਤੋਂ ਜ਼ਿਆਦਾ ਮਤਲਬ ਜ਼ਿਆਦਾ ਬੈਟਰ ਹੋ ਸਕਦਾ ਹੈ ਕਿਉਂਕਿ ਆਰਥਰਾਈਟਿਸ ਚ ਤਾਂ ਜਸਟ ਇੱਕ ਪੇਨ ਕਿਲਰ ਸੋ ਉਹਨਾਂ ਨੂੰ ਇੰਨਾ ਆਰਾਮ ਨਹੀਂ ਆਉਂਦਾ ਤੁਸੀਂ ਜਸਪ੍ਰੀਤ ਕੀ ਕਹਿ ਰਹੇ ਹੋ ਕਿ ਜਿਹੜੀ ਜਿਹੜੀ ਸੱਜੀ ਸਾਈਡ ਹੈਗੀ ਆ ਉਹ ਉਸ ਤੇ ਉਹਨਾਂ ਨੂੰ ਬਹੁਤ ਪ੍ਰੈਸ਼ਰ ਮਹਿਸੂਸ ਹੁੰਦਾ ਹੈ ਔਰ ਡਾਕਟਰ ਨੇ ਹੈਵੀਨੈਸ ਹੈਵੀ ਲੱਗਦੀ ਹੈ ਜੈਸੇ ਰਾਈਟ ਲੈਗ ਤੇ ਰਾਈਟ ਆਰਮ
ਠੀਕ ਹੈ ਹਾਂਜੀ ਤੇ ਉਹਨਾਂ ਨੂੰ ਡਾਕਟਰਸ ਨੇ ਤਾਂ ਇੱਦਾਂ ਕਿਹਾ ਕਿ ਆਰਥਰਾਈਟਿਸ ਹੈ ਪਰ ਡਾਕਟਰ ਕਹਿੰਦੇ ਜੈਸੇ ਵੀ ਨਿਊਰੋਲੋਜਿਸਟ ਨੂੰ ਦਿਖਾ ਕੇ ਉਦਾਂ ਕਰਕੇ ਦੇਖ ਲਓ ਪਰ ਇੱਥੇ ਤੁਹਾਨੂੰ ਪਤਾ ਹੈ ਨਿਊਰੋਲੋਜਿਸਟ ਇੱਥੇ ਅਪਾਇੰਟਮੈਂਟਸ ਬਹੁਤ ਲੇਟ ਬਣਦੀਆਂ ਨੇ ਸੋ ਉਹਨਾਂ ਨੂੰ ਇੱਦਾਂ ਕਿ ਥੋੜਾ ਜਿਹਾ ਦੇਸੀ ਤੁਸੀਂ ਮੈਨੂੰ ਜਸਪ੍ਰੀਤ ਤੁਸੀਂ ਮੈਨੂੰ ਈਮੇਲ ਕੀਤੀ ਸੀਗੀ ਪੁਰਸ਼ੋਤਮ ਅੰਕਲ ਕੋਲ ਜਿਸਦਾ ਕੋਈ ਐਕੂਰੇਟ ਕੋਈ ਨੁਸਖਾ ਹੋਏਗਾ ਤੁਹਾਨੂੰ ਫੋਨ ਕਰਕੇ ਦੱਸ ਦਿਆਂਗੇ ਠੀਕ ਹੈ ਸ਼ੈਰੀ ਜੀ ਮੈਂ ਆਪਣੇ ਹਸਬੈਂਡ ਲਈ ਵੀ ਪੁੱਛਣਾ ਸੀਗਾ ਜੀ ਕਿ ਉਹਨਾਂ ਨੂੰ ਐਲਰਜੀ ਕਾਫੀ ਹੈ ਜਿੱਦਾਂ ਉਹਨਾਂ ਨੂੰ ਪੱਤੇ ਜਦੋਂ ਨਵੀਂ ਰੁੱਤ ਆਉਂਦੀ ਹੈ ਪੱਤੇ ਫੁੱਟਦੇ ਆ ਉਦੋਂ ਉਹਨਾਂ ਨੂੰ ਕਾਫੀ ਐਲਰਜੀ ਹੋ ਜਾਂਦੀ ਹੈ ਐਲਰਜੀ ਹੋ ਜਾਂਦੀ ਹੈ ਸਨੀਜ਼ਿੰਗ ਕਾਫੀ ਜ਼ਿਆਦਾ ਠੀਕ ਹੈ ਇਸ ਦੇ ਬਾਰੇ ਪੁਰਸ਼ੋਤਮ ਅੰਕਲ ਨਾਲ ਹੁਣੇ ਤੁਸੀਂ ਪ੍ਰੋਗਰਾਮ ਸੁਣੋ ਜੇ ਕੋਈ ਇਲਾਜ ਹੋਇਆ ਤੇ ਹੁਣੇ ਦੱਸਦੇ ਆ ਸੋ ਪਿਆਰੇ ਦੇਸ਼ ਕੋ ਛੋਟਾ ਜਿਹਾ ਬ੍ਰੇਕ चाय ये सब तुम शाही पुलाव के लिए कर रहे हो ना बना दो ना प्लीज 49 साल से रोज यही तो खा रहे हो श्री लाल महल है तो 49 साल कट गए वरना 49 दिन भी काटने मुश्किल होते जाओ नहीं बनाती मैं तुम्हारा शाही पुलाव बना दो ना प्लीज डार्लिंग 49 के 50 भी तो करने हैं गोल्डन जुबिली मनानी है ना खुशबूदार लंबे दाने वाला श्री लाल महल एम्पायर बासमती राइस दादी वाओ शाही पुलाव लगता है इस बार दादाजी अपनी एनिवर्सरी नहीं भूले क्यों बिल्कुल नहीं भूला श्री लाल महल एम्पायर बासमती राइस खिले खिले दाने खिले खिले आप flymecheap.com फोन करो वर्ल्ड विच कितने भी सर डिस्काउंटेड एयर फेयर प्राइसेस ते साडे कोल मिलेगी इन्फॉर्मेशन हर लीडिंग एयरलाइन दी फ्लाइट्स दी 18 मिलियन एक्सक्लूसिव फ्लाइट डील दुनिया दे किसी भी कोने ले जिस विचो तुसी चूज कर सकदे हो बेस्ट फेयर डील 24/7 कस्टमर सर्विस साडे टोल फ्री नंबर ते 855-359-4878 विजिट करो सहारा टूर्स एंड ट्रैवल 13222 रॉकवे बुलेवर्ड साउथ ओजन पार्क न्यूयॉर्क 11420 सुपना चाहे शानदार कार दा होवे या ऑफिस दा सच करता है सहारा कंस्ट्रक्शन जिथे रेजिडेंशियल कमर्शियल न्यू हाउस कंस्ट्रक्शन मॉडिफिकेशन फ्रेमिंग एक्सटेंशन डॉर्मर रेनोवेशन इंटीरियर या एक्सटीरियर हर तरह की सुविधा अवेलेबल है साडा पता है 253-12-85 एवेन्यू बेल रोज 9 11426 और जानकारी लिए 102 फैमिली कस्टमाइज्ड हाउसेस लिए अति फ्री एस्टीमेट लिए तुसी सानू कॉल भी कर सकते हो कांटेक्ट नंबर 7188316970 एंड 7182855945 इना नंबर्स ते तुसी फ्री एस्टीमेट ले भी कॉल कर सकते हो सफल बनाइए आओ गुरु की काशी चलिए अपना जीवन सफल बनाइए अपना जीवन सफल बनाइए वेलकम बैक जी पुरशोत्तम अंकल साडे एक भैन ने फोन किया है कहिंदे आ उहनां दे 25-26 साल दा बेटा है और उस नूं ना बुखार चढ़दा है कांबे दे नाल बुखार चढ़दा हैगा ते इस दा कोई नुक्ता असीं दस सकदे आ हां जी हां जी हां जी दसो जी हां जी
जे तो गुगल हो किसी को दो या तीन पत्ते उबाल के जी ਵਿੱਚ ਵੱਡੀ ਇਲਾਚੀ ਪਾ ਕੇ ਤੇ ਉਹਨੂੰ ਕੰਟੀਨਿਊਸ ਦਿਓ ਤੇ ਜਿਵੇਂ ਚਾਹ ਪਚਾ ਦੇਣੇ ਆ ਤੇ ਤਾਂ ਵੀ ਅੜ ਜਾਣੀ ਇਲਾਚੀ ਕਿਹੜੀ ਹਰੀ ਇਲਾਚੀ ਹਾਂਜੀ ਹਾਂਜੀ ਹਰੀ ਇਲਾਚੀ ਜਿਹੜਾ ਗੂਗਲ ਦੇ ਪੱਤੇ ਹੈਗੇ ਆ ਦੋ ਤਿੰਨ ਪੱਤੇ ਉਬਾਲ ਕੇ ਵਿੱਚ ਜੇ ਕਿਤੋਂ ਮਿਲ ਜਾਣ ਤਾਂ ਜੇ ਮਿਲ ਜਾਣ ਤਾਂ ਹਾਂਜੀ ਐਵੇਂ ਨਹੀਂ ਕੋਈ ਬੂਟੇ ਤੋੜ ਤੋੜ ਕੇ ਉਬਾਲਣ ਲੱਗ ਜਾਏ ਖਾਲ ਹੀ ਨਹੀਂ ਗਊ ਦੰਤੀ ਬਸਮ ਉਹਨੂੰ ਖਾਂਦੇ ਨੇ ਬੈਦਨਾਥ ਵਾਲਿਆਂ ਦੀ ਜਾਂ ਡਾਬਰ ਵਾਲਿਆਂ ਦੀ ਹੁੰਦੀ ਏ अच्छा बैदनाथ या डाबर वालियां दी है केड़ी अंकल गऊ गऊ दंती पसम गऊ दंती पसम ठीक है ओ जेडी गऊ दंती पसमियां ने जी बेटा जी ओ चार चौल दे दाने जिनी तुसी दे सकदे हो शहद दे विच रला के उत्तो वड्डी इलाची ते छुहारा पा के उन चाह पियाओ ते तां वी ओ जेड़ा ए बुखार ए तां वी चला जांदा अच्छा इलाची ते छुहारा पा के चाह चार पंज पत्तर जिहड़ी न्याज बोझ जिन्हू कोई पूतना वाहगुरु कोई तुलसी न्याज बोझ दे पत्तर विच पाओ ते विच वड्डी इलाची पाओ ठीक है पाओ दालचीनी पाओ ओ पत्तरां दी ओ चाह दियो ते तां वी बुखार जेड़ा चला जांदा पप्पू स्वीट्स वाह भाई वाह असी खाते हां वेजिटेरियन अते नॉन वेजिटेरियन खाने दी केटरिंग मिठाइयां 399 अ पाउंड ऑलवेज फ्रेश बफे सिटिंग कैपेसिटी फॉर 50 पीपल ओकेजन चाहे कोई भी होवे याद रखो पप्पू स्वीट्स For more information, call Papa Sweet. We are located at Major Intersection, William Parkway, Chrysler Drive. Mystic Brokerage, tuhadiya car insurance sambandhi zarurta da ikko ik solution. Jo karda hai tuhadi bachat, black cards, green cards te library vich. Apni insurance nu renew karwan to pehla, ik vaar zarur milo. Taxi te limousine de specialist. ਮੈਡੀਲੀਅਨ ਸਟੇਟ ਫਾਈਨੈਂਸ ਫੈਸਿਲਿਟੀ ਵੀ ਅਵੇਲੇਬਲ ਹੈ ਅਸੀਂ ਕਰਾਂਗੇ ਸੇਵ ਤੁਹਾਡੀ ਮਨੀ ਕਿਸੇ ਵੀ ਜਾਣਕਾਰੀ ਲਈ ਕਾਲ ਕਰੋ 718-349-7610 ਤੇ ਕੰਟੈਕਟ ਕਰੋ ਫਰਵਰੀ 2014 ਦੀ ਇੰਡੀਵਿਜੁਅਲ ਮੈਡੀਲੀਅਨ ਆਕਸ਼ਨ ਲਈ ਕੁਨਾਲ ਜੁਐਲਰ ਦੇ ਗਹਿਣੇ ਵਾਹ ਭਾਈ ਵਾਹ ਕਿਆ ਕਹਿਣੇ ਗਹਿਣਿਆਂ ਨਾਲ ਭਰ ਲੈ ਜਾਓ ਘਰ ਵਾਲੀ ਨੂੰ ਹੂਰ ਬਣਾਓ ਕੁਨਾਲ ਜੁਐਲਰ ਤੇ ਆਓ ਗਹਿਣਿਆਂ ਨਾਲ ਸੱਜ ਧੱਜ ਕੇ ਬਾਗੋ ਬਾਗ ਹੋ ਜਾਓ ਅਸੀਂ ਤੁਹਾਡੀ ਪਸੰਦ ਦੇ 22 ਅਤੇ 24 ਕੈਰਟ ਦੇ ਕੜੇ ਚੇਨ ਕੁਇਨਸ ਡਾਇਮੰਡ ਕੱਟ ਬੈਂਗਲਸ ਆਰਡਰ ਤੇ ਤਿਆਰ ਕਰਦੇ ਹਾਂ ਗਹਿਣਿਆਂ ਦੀ ਰਿਪੇਅਰ ਵੀ ਇੱਥੇ ਹੀ ਕਰਦੇ ਹਾਂ ਤੁਸੀਂ ਆਪਣੀ ਰਾਸ਼ੀ ਦੇ ਬਰ ਸਟੋਨ ਵੀ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 718-478-7200 ਯਾਦ ਰੱਖੋ ਕੁਨਾਲ ਜੁਐਲਰ 37-08 74 ਸਟਰੀਟ ਜੈਕਸਨ ਹਾਈਟਸ ਨਿਊਯਾਰਕ ਟੈਕਸ ਪ੍ਰੋਬਲਮ ਨੋ ਪ੍ਰੋਬਲਮ ਕੰਪਿਊਟੈਕਸ ਆਈਐਨਸੀ ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ ਕੰਪਿਊਟੈਕਸ ਆਈਐਨਸੀ ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਿਸ ਐਮਟੀਏ ਟੈਕਸਿਸ ਵਰਕਰਸ ਕੰਪਨਸੇਸ਼ਨ ਬੁੱਕਕੀਪਿੰਗ ਆਦਿ ਵੀ ਕਰਦੇ ਹਾਂ ਕੰਪਿਊਟੈਕਸ ਆਈਐਨਸੀ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ 20 ਸਾਲਾਂ ਦਾ ਤਜਰਬਾ ਵੀ ਕਵਰ ਆਲ 50 ਸਟੇਟਸ ਅਸੀਂ ਪੰਜਾਬੀ ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 718-371-5555 718-426-5695
Breed Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Breed Furniture can do it all. Te apni pasanda furniture kharido. Valinder Singh Jinwaj ji call karo 718-849-4530 or 917-774-8566. Breed Furniture. हाँ जी वेलकम बैक। गल करते करते थोड़ा जा हेलो हाँ जी भैन जी की कह रहे हो दसो जल्दी। हाँ जी मैं जान पंजाबियों दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान
बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान ओही अंकल ओही जेड़ियां दस देने आ हां जी दर्शको वेलकम बैक अंकल जेड़ियां चीजां इत्थे तैयार हो सकदियां ना प्यारे दर्शको अर्थराइटिस होने साडी भैन ने भी सानू कॉल कीती है अर्थराइटिस वैसे अंकल तुसी कहंदे हो ना कि जेड़ा गठिया हैगा वो काफी तरह दा हुंदा ते जेड़ी दवाई तुसी दसोगे कि वो सारे वर्त सकदे ने हां बेटा वो सारियां गठियां नु खलार करेगा ना के हटाएगा नहीं आ लेकिन वो बच सकदे रोक हो सकदी है हो सकता है दिसंबर च जावांगे इंडिका दा फिर हरेक दी हेल्प कर सकने जे अपने कोल कोई चाहुंदा आया जरूर मिलो ठीक है सो फिलहाल अर्थराइटिस दा कोई उहनां दा ठहराव हो जाए रुक जाए उत्थे दर्द घट होवे ते कुछ दस दिओ सानू प्लीज हां जी हां जी बेटा जी सब तो पहला ते आ वी तुसी हरे नींबू लवो हरा नींबू किन्ने लईए अंकल हरे नींबू पाइया डेढ़ पाइया जेड़ा उहनां दा रस कढ लो पाइया कर डेढ़ पाइये कच दे गलास दे विच उहदा पाइया रस पा लो नींबू दा ठीक है ਤੇ ਵਿੱਚ ਇੰਨੀਆਂ ਕੁ ਮਿਰਚਾਂ ਭਿਓ ਦਿਓ ਜਿਹੜਾ ਤੁਹਾਡਾ ਨਿੰਬੂ ਦਾ ਜੂਸ ਵੀ ਬਾਹਰ ਨਾ ਨਿਕਲੇ ਤੇ ਉਹਦੇ ਵਿੱਚ ਪੂਰੀਆਂ ਮਿਰਚਾਂ ਜਿਹੜੀਆਂ ਨੇ ਭੇਜੀ ਜਾਣ ਕਾਲੀ ਮਿਰਚ ਕਾਲੀ ਮਿਰਚ ਅੱਛਾ ਜੀ ਠੀਕ ਹੈ ਤਾਂ ਫਿਰ ਤੁਸੀਂ ਉਹਨੂੰ ਇਸ ਤਰ੍ਹਾਂ ਕਰੋ ਜੀ ਵੀ ਉਹਦੇ ਉੱਤੋਂ ਤੁਸੀਂ ਜਦੋਂ 15 ਦਿਨ ਪੈ ਜਾਣਗੇ ਨਾ 20 ਦਿਨ ਪੈ ਜਾਣ 15-20 ਦਿਨ ਹੀ ਰੱਖ ਲਓ ਵਧੀਆ ਹੋ ਜਾਣਗੀਆਂ ਠੀਕ ਹੈ ਮਿਰਚਾਂ ਵਧੀਆ ਬਣ ਜਾਣਗੀਆਂ ਤੇ ਉਹਨਾਂ ਦੇ ਵਿੱਚ ਫਿਰ ਰੱਖੀਆਂ ਦੇ ਵਿੱਚ ਸਭ ਤੋਂ ਪਹਿਲਾਂ ਉੱਤੇ ਉੱਲੀ ਆ ਜਾਏਗੀ ਖਾਸ ਕਿਸਮ ਦੀ ਖਾਕੀ ਜੇ ਰੰਗ ਦੀ ਅੱਛਾ ਠੀਕ ਹੈ ਉਹ ਉੱਲੀ ਚਮਚੇ ਨਾਲ ਲਾ ਦਿਓ ਹਾਂਜੀ ਤੇ ਬਾਅਦ ਦੇ ਵਿੱਚ ਜਿਹੜੀਆਂ ਨੇ ਉਹ ਮਿਰਚਾਂ ਉਹ ਜਿਵੇਂ ਛਾਲਣੀ ਹੈ ਜਾਂ ਜਿਹਨੂੰ ਆਪਾਂ ਪੌਣੀ ਕਹਿੰਦੇ ਆ ਉਹਦੇ ਨਾਲ ਉਹਦਾ ਜਿਹੜਾ ਉਹ ਲੈਮਨ ਜੂਸ ਜਿਹੜਾ ਉਹ ਵੀ ਛਾਣ ਦਿਓ ਠੀਕ ਹੈ ਮਿਰਚਾਂ ਕੱਲੀਆਂ ਨੂੰ ਕਿਸੇ ਨੂੰ ਕੱਚ ਦੀ ਮਤਲਬ ਜਿਹੜੀ ਜਾਂ ਚੀਨੀ ਦੀ ਕਿਸੇ ਪਲੇਟ ਦੇ ਵਿੱਚ ਖੁੱਲੀ ਚ ਪਾ ਕੇ ਰੱਖ ਲਓ 1-2 ਦਿਨ ਬਾਅਦ ਉਹ ਸੁੱਕ ਜਾਣਗੀਆਂ ਠੀਕ ਹੈ ਅੰਦਰ ਹੀ ਰੱਖ ਛੱਡੋ ਬਾਅਦ ਚ 4-5 ਮਿਰਚਾਂ ਉਸ ਟਾਈਮ ਤੇ 4-5 ਉਸ ਟਾਈਮ ਤੁਸੀਂ ਖਾਓ ਤੇ ਤੁਹਾਡਾ ਤਾਂ ਵੀ ਇਹ ਤੇ ਜਾਂ ਫਿਰ ਇੱਕ ਚੀਜ਼ ਹੋ ਰਿਹਾ ਜੀ ਵੀ ਹਰੀ ਸੌ ਵੀ ਲੈ ਕੇ ਆਓ ਹਾਂਜੀ ਬਿਲਕੁਲ ਗ੍ਰੀਨ ਮਿਲ ਜਾਂਦੀ ਏ ਛੋਟੀ ਸੌ ਵੀ ਲਿਆਓ ਤੇ ਉਹਨੂੰ ਨਿੰਬੂ ਦੇ ਪਾਣੀ ਚ ਪਿਓ ਦਿਓ ਠੀਕ ਹੈ ਛੋਟੀ ਸੌਗੀ ਕਿੰਨੀ ਕ ਸੌਗੀ ਅੰਕਲ ਉਹ ਬੇਟਾ ਜਿੰਨੇ ਕਿ ਤੁਸੀਂ 5-7-10 ਦਾਣੇ ਦਾ ਜ਼ਰੂਰ ਖਾਓ ਠੀਕ ਹੈ ਵੀ ਰਾਤ ਨੂੰ ਤੁਸੀਂ ਉਹਨੂੰ ਸੌਗੀ ਨੂੰ ਤੁਸੀਂ ਉਹਦੇ ਵਿੱਚ ਨਿੰਬੂ ਦੇ ਰਸ ਦੇ ਵਿੱਚ ਪਿਓ ਦਿਓ ਰਾਤੀ ਸੌਗੀਆਂ ਨਿੰਬੂ ਦੇ ਰਸ ਚ ਪੇ ਦਿਓ ਠੀਕ ਹੈ ਹਾਂਜੀ ਸਵੇਰੇ ਜਿਸ ਟਾਈਮ ਵੀ ਤੁਹਾਨੂੰ ਸੂਟ ਕਰੇ ਉਹ 5-10 ਇੱਕ ਦਾਣਾ ਕਰਕੇ ਵੀ ਭਾਵੇਂ ਖਾ ਲਓ ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਇਹ ਜਿਹਨੂੰ ਗੈਠੀਆ ਦੇਣਾ ਵੈਸੇ ਬੇਟਾ ਇਹ ਹੁੰਦਾ ਹੈ 4 ਕਿਸਮ ਦਾ ਤਾਂ ਆਮ ਸਾਹਮਣੇ ਆਉਂਦਾ ਉਂਝ 5 ਜਾਂ 6 ਕਿਸਮਾਂ ਵੀ ਇਹਦੀਆਂ ਆਉਂਦੀਆਂ ਨੇ ਠੀਕ ਹੈ ਤਾਂ ਪਰ ਇਹ ਆ ਵੀ ਦੋਨੇ ਇਹ ਚੀਜ਼ਾਂ ਵੀ ਜੇ ਤੁਸੀਂ ਕਰੀ ਜਾਓਗੇ ਤੇ ਤਾਂ ਵੀ ਤੁਹਾਨੂੰ ਇਹ ਰੋਕ ਕਰੇਗਾ ਸੋ ਮੈਂ ਵੇਖੋ ਕੋਈ ਇਹੋ ਹੀ ਦੱਸ ਵੀ ਨਹੀਂ ਸਕਦਾ ਕਿਉਂਕਿ ਇਹਨੂੰ ਅੱਜ ਕੱਲ ਦੇ ਜਿਹੜੇ ਵੈਦ ਨੇ ਨਾ ਉਹ ਬਣਾਉਂਦੇ ਵੀ ਨਹੀਂ ਗੇ ਉੱਥੇ ਉਹ ਦਵਾਈਆਂ ਨੂੰ ਅੱਛਾ ਜੀ ਮੈਂ ਹੁਣ ਤੱਕ ਹਿਕਮਤ ਕਰਦਾ ਰਿਹਾ ਮੈਂ ਜਦੋਂ ਜਾਵਾਂਗਾ ਇਹ ਤਕਰੀਬਨ 5-10 ਹਜ਼ਾਰ ਰੁਪਏ ਜ਼ਿਆਦਾ ਵੀ ਨਹੀਂ 2 ਸਾਲ ਦੀ ਬਣ ਜਾਂਦੀ ਦਵਾਈ 5,000 ਰੁਪਇਆ ਸਾਲ ਦਾ ਖਰਚਾ ਹੈ ਜੀ ਸਦ ਕੇ ਉੱਤੇ ਕੋਈ ਕਹੇਗਾ अंकल सानू एक बच्चे दी मम्मी ने पूछा है नाम हैगा उना दा गुंदीप ते उना ब्रैम्पटन तो कैनेडा तो ईमेल कीती कहंदे भी मुंडा मेरा 6-7 साल दा लगदा है पर है मतलब 9 साल दा ते ओ वध नहीं रहा ते बेचारी बड़ी परेशान है आहो कहंदे भी बहुत कमजोर लगदा है क्लास च ओदा कद भी सब तो छोटा लगदा है ਅੱਛਾ ਅੱਛਾ ਅੱਛਾ
ਰਗੜ ਕੇ ਜਿਵੇਂ ਆਪਾਂ ਖੋਆ ਭੁੰਨ ਕੱਢਨੇ ਆ ਖੋਏ ਵਾਂਗੂ ਭੁੰਨ ਲੈਣ ਜਦੋਂ ਉਹ ਭੁੱਜ ਜਾਣ ਜਿੰਨਾ ਕੁ ਜੇ ਉਹਨਾਂ ਨੇ ਪਾਈਆ ਅੱਧਾ ਅੱਧਾ ਕਿਲੋ ਪਾਏ ਨੇ ਫਿਰ ਤੋਂ 200 ਗ੍ਰਾਮ ਪਾ ਦੇਣ ਜੇ ਪਾਈਆ ਪਾਈਆ ਤੇ ਉਹ 100 ਗ੍ਰਾਮ ਵਿੱਚ ਗਾਂ ਦਾ ਘਿਓ ਪਾ ਕੇ ਤੇ ਉਹਨੂੰ ਤੜਕਾ ਲਾ ਕੇ ਤੇ ਥੋੜਾ ਜਿਹਾ ਸਵਾਦ ਅਨੁਸਾਰ ਮਿੱਠਾ ਪਾ ਕੇ ਵੈਸੇ ਹੀ ਉਹਨਾਂ ਨੇ ਮਿੱਠਾ ਹੋਣਾ ਕੋਈ ਇਹੀ ਚੀਜ਼ ਨੀ ਹੈਗੀ ਤੇ ਸਭ ਤੋਂ ਵਧੀਆ ਬੇਟਾ ਗਰੋਥ ਲਈ ਉਹ ਇਹ ਚੀਜ਼ ਤਾਕਤਵਰ ਵੀ ਤੇ ਵਧਣ ਲਈ ਤੇ ਦੂਜੀ ਗੱਲ ਹੈ ਉਹਨੂੰ ਕੋਈ ਐਸੀ ਚੀਜ਼ ਹੈਂਗਰ ਹੋਵੇ ਜਿਹੜਾ ਫੜ ਕੇ ਉਹਦਾ ਬਾਵਾ ਦੇ ਤੁਹਾਨੂੰ ਆਖਣ ਉਹ ਵਰਜਿਸ਼ ਕਰਿਆ ਕਰ ਜਿਵੇਂ ਥੱਲਿਓਂ ਤੁਹਾਨੂੰ ਜੰਪ ਕਰਕੇ ਦੋ ਡੰਡਾ ਲਟਕਾਉਂਦੇ ਹੈਗੇ ਆ ਜਿਸ ਤਰ੍ਹਾਂ ਨਾ ਬੱਚਿਆਂ ਨੂੰ ਇਸ ਤਰ੍ਹਾਂ ਉੱਪਰ ਇਹ ਐਕਸਰਸਾਈਜ਼ ਉਹਦੇ ਲਈ ਬੜੀ ਜ਼ਰੂਰੀ ਹੈ ਜਿਨ੍ਹਾਂ ਦਾ ਕੱਦ ਘੱਟ ਹੈ ਠੀਕ ਹੈ ਅੰਕਲ ਉਹ ਇੱਕ ਭੈਣ ਨੇ ਪੁੱਛਿਆ ਹੈਗਾ ਉਹ ਹੀ ਵੱਜ ਜਾਂਦੀਆਂ ਨੇ ਬੱਚੇ ਹੀ ਵੱਜ ਜਾਂਦੇ ਮੁੰਡੇ ਹੀ ਵੱਜ ਜਾਂਦੇ ਠੀਕ ਹੈ ਅੰਕਲ ਕਿਸੇ ਨੇ ਸਾਨੂੰ ਪੁੱਛਿਆ ਹੈਗਾ ਕਿ ਜਿਹੜਾ ਤੁਸੀਂ ਪਿਆਜ਼ਾਂ ਦਾ ਰਸ ਦੱਸਿਆ ਸੀ ਵਾਲਾਂ ਤੇ ਲਾਉਣ ਵਾਸਤੇ ਕਿ ਉਹ ਰਸ ਕੱਢ ਕੇ ਦੁਬਾਰਾ ਯੂਜ਼ ਕਰ ਸਕਦੇ ਕਿ ਹਰ ਵਾਰੀ ਨਵਾਂ ਰਸ ਕੱਢਣਾ ਪਏਗਾ ਬਿਲਕੁਲ ਪਰ ਬੰਦੇ ਦੇ ਵਿੱਚ ਵੇਖ ਲਓ ਜਿੰਨਾ ਚਿਰ ਜੋ ਚੀਜ਼ ਆਪਣੇ ਅੰਦਰ ਬੋਲ ਰਹੀ ਕਾਲ ਪੁਰਖ ਦੀ ਕਿਰਪਾ ਆਪਣੀ ਮਿੱਟੀ ਵੇਖੋ ਆਪਾਂ ਧੋ ਲੈਂਦੇ ਹਾਂ ਸਾਫ਼ ਰਹਿੰਦੀ ਹਾਂਜੀ ਤੇ ਜਦੋਂ ਕਾਲ ਪੁਰਖ ਦੀ ਦਿੱਤੀ ਹੋਈ ਚੀਜ਼ ਜਿਹੜੀ ਆ ਬਖਸ਼ਿਸ਼ ਜੋ ਇਹ ਬੋਲ ਰਹੀ ਹੈ ਭਾਵੇਂ ਜੀਵ ਰਹੀ ਪੀ ਬੋਲਦੀ ਹੈ ਠੀਕ ਹੈ ਇਹ ਦੇਣ ਤੇ ਕਾਲ ਪੁਰਖ ਦੀਆਂ ਜਦੋਂ ਉਹਨੇ ਅੰਦਰੋਂ ਆਪਦਾ ਅਹਿਸਾਸ ਖੋਲਿਆ ਨਾ ਫਿਰ ਇਹਨੂੰ ਭਾਵੇਂ ਜਿੱਦੀ ਮਰਜ਼ੀ ਸਵਾਰੀ ਲੈ ਜੇ ਇਹਨੇ ਬੋ ਮਾਰਨੀ ਮਾਰਨੀ ਬਿਲਕੁਲ ਠੀਕ ਹੈ ਅੱਛਾ ਪਰਮਿੰਦਰ ਕੌਰ ਜੀ ਔਰ ਚਰਨਜੀਤ ਕੌਰ ਜੀ ਤੁਸੀਂ ਲਿਖਿਆ ਆਪਣਾ ਫੋਨ ਨੰਬਰ ਦੇ ਦਿੱਤਾ ਹੈ ਪਰ ਤੁਹਾਨੂੰ ਫੋਨ ਕਿਉਂ ਕਰੀਏ ਇਸ ਦੀ ਵਜ੍ਹਾ ਵੀ ਸਾਨੂੰ ਲਿਖੋ ਹਰੇਕ ਨੂੰ ਫੋਨ ਕਰਨਾ ਪੋਸੀਬਲ ਨਹੀਂ ਹੈਗਾ ਜਿਹੜੀਆਂ ਈਮੇਲ ਸਾਰੀਆਂ ਉਹ ਸਾਰੇ ਆਪਣੀ ਪਰੇਸ਼ਾਨੀ ਲਿਖੋ ਜੇਕਰ ਸਾਡੇ ਕੋਲ ਕੋਈ ਨੁਕਤਾ ਹੋਏਗਾ ਸਾਨੂੰ ਲੱਗੇਗਾ ਕਿ ਹਾਂ ਇਸ ਦਾ ਦੇਸੀ ਇਲਾਜ ਕੋਈ ਹੈਗਾ ਤਾਂ ਹੀ ਅਸੀਂ ਤੁਹਾਨੂੰ ਕਾਲ ਕਰ ਸਕਦੇ ਹਾਂ ਇਸ ਕਰਕੇ ਪਲੀਜ਼ ਕਿਸੇ ਨੇ ਨਾਰਾਜ਼ ਨਹੀਂ ਹੋਣਾ ਜਸਵਿੰਦਰ ਕੌਰ ਜੀ ਨੇ ਲਿਖਿਆ ਮੇਰੇ ਬਹੁਤ ਨਾ ਕਾਲੇ ਦਾਗ ਹੈਗੇ ਆ ਲੱਤਾਂ ਤੇ ਮੈਂ ਕੀ ਕਰ ਸਕਦੀ ਹਾਂ ਉਸ ਦੇ ਲਈ ਹਾਂਜੀ ਉਹ ਬੀਬਾ ਜੀ ਲੱਤਾਂ ਦੇ ਜਿਹਨਾਂ ਦੇ ਕਾਲੇ ਦਾਗ ਨੇ ਸਪੋਟ ਜੇ ਪੈ ਜਾਂਦੇ ਨੇ ਕਈਆਂ ਨੂੰ ਇਸ ਤਰ੍ਹਾਂ ਕਿ ਗੱਲਾਂ ਦੇ ਵੀ ਪੈ ਜਾਂਦੇ ਨੇ ਬਾਹਾਂ ਦੇ ਪੈ ਜਾਂਦੇ ਨੇ ਛਾਤੀ ਤੇ ਪੈ ਜਾਂਦੇ ਨੇ ਹਾਂਜੀ ਉਹ ਖੂਨ ਦੇ ਵਿੱਚ ਖਰਾਬੀ ਹੁੰਦੀ ਹੈ ਉਹ ਜਿਵੇਂ ਅੱਗੇ ਵੀ ਦੱਸਿਆ ਉਹ ਬੀਬੀ ਲਿਖ ਲੈ ਪਨੀਰ ਡੋਡੀਆ ਪਨੀਰ ਡੋਡੀਆ ਉਹ ਪਾਈਆ ਲੈ ਲੈ ਜੀ ਅਫਲਾਤੀਨ ਅਫਲਾਤੀਨ ਚੁਰੈਤਾ ਚੁਰੈਤਾ ਉਮਰ ਮੁਤਾਬਕ ਅੱਧੇ ਚਿਮਚੇ ਤੋਂ ਚਿਮਚੇ ਤੱਕ ਇਹਨੂੰ ਕੱਚ ਦੇ ਗਲਾਸ ਚ ਪਾ ਕੇ ਰਾਤ ਨੂੰ ਭਿਓ ਕੇ ਪਾਈਆ ਡੇਢ ਪਾਈਆ ਪਾਣੀ ਦੇ ਵਿੱਚ ਤੇ ਸਵੇਰੇ ਨਿਰਣੇ ਉਹ ਪਾਣੀ ਪੀਓ ਕੌੜਾ ਜ਼ਰੂਰ ਏ ਜੀ ਪਰ ਇਹਦੇ ਨਾਲ ਬੇਟਾ ਜੀ ਮੈਂ ਦੂਜੀਆਂ ਚੀਜ਼ਾਂ ਹੋਰ ਦੱਸਣਾ ਚਾਹੁੰਦਾ ਕਿ ਦੁਬਾਰਾ ਫੇਰਨਾ ਆਪਾਂ ਨੂੰ ਇਸੇ ਵਾਰੀ ਪਿੱਛੇ ਅੰਦਰ ਤੁਹਾਡੀ ਚਮੜੀ ਦੇ ਉੱਤੇ ਕਿਸੇ ਕਿਸਮ ਦੀ ਰੈਸ਼ ਹੁੰਦੀ ਹੋਵੇ ਹਾਂਜੀ ਤੁਹਾਨੂੰ ਅਗਜ਼ੀਮੇ ਦੀ ਕੋਈ ਪ੍ਰੋਬਲਮ ਆਉਂਦੀ ਹੋਵੇ ਹਾਂਜੀ ਕੱਪੜੇ ਪਾਇਆ ਕਈਆਂ ਨੂੰ ਸਕਿਨ ਤੇ ਰੈਸ਼ ਆ ਜਾਂਦੀ ਹੋਵੇ ਕਈਆਂ ਦੀ ਵੈਸੇ ਹੀ ਉੱਤੋਂ ਚਮੜੀ ਸੁੱਕਦੀ ਹੈ ਬਿਊਟੀ ਖਰਾਬ ਹੁੰਦੀ ਹੈ ਉਹਨਾਂ ਨੂੰ ਇਹ ਪ੍ਰੋਬਲਮ ਹੋਵੇ ਕਈਆਂ ਦੇ ਸਿਰ ਦੇ ਵਿੱਚ ਫਿਨਸੀਆਂ ਹੁੰਦੀਆਂ ਨੇ ਜੋ ਸਮਝੇ ਨੇ ਖਰੇ ਸਾਡੇ ਲਈ ਨਹੀਂ ਦੱਸਿਆ ਉਹ ਵੀ ਹਟ ਜਾਂਦੀਆਂ ਨੇ ਬਿਲਕੁਲ ਠੀਕ ਹੈ ਅੰਕਲ ਠੀਕ ਹੈ ਅੰਕਲ ਪਲੀਜ਼ ਹੋਲਡ ਕਰੋ ਦੇਖੀਏ ਸਾਡੇ ਨੈਕਸਟ ਕਾਲਰ ਦੀ ਮੈਂ ਕਾਲ ਲੈਣੀ ਹੈਗੀ ਆ ਛੋਟੇ ਜਿਹੇ ਬ੍ਰੇਕ ਕਰਦੇ ਹਾਂ ਪੱਪੂ ਸਵੀਟਸ ਵਾਹ ਬਈ ਵਾਹ ਅਸੀਂ ਕਰਦੇ ਹਾਂ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਖਾਣੇ ਦੀ ਕੇਟਰਿੰਗ ਮਿਠਾਈਆਂ $3.99 a pound ਆਲਵੇਜ਼ ਫਰੈਸ਼ ਬਫੇ
sitting capacity for 50 people. Occasion chahe koi bhi hove, yaad rakho Pappu Sweets. For more information, call Pappu Sweets. We are located at Major Intersection, William Parkway, Pressler Drive. Mystic Brokerage, tuhadiyan car insurance sambandhi zarurtaan da ikko ik solution. जो करता है तुहाडी बचत ब्लैक कार्ड्स ग्रीन कार्ड्स ते लाइब्रेरी विच अपनी इंश्योरेंस तो रिन्यू करवान तो पहला एक बार जरूर मिलो टैक्सी ते लिमोजीन दे स्पेशलिस्ट मेडिलियन सिंह फाइनेंस फैसिलिटी भी अवेलेबल है असी करांगे से तुहाडी मनी किसी भी जानकारी ले कॉल करो 718-349-7610 ते कांटेक्ट करो फरवरी 2014 दी इंडिविजुअल मेडिलियन ऑक्शन ले कुनाल ज्वेलर दे गहने वाह पई वाह क्या कहने गहनियां नाल भर ले जाओ घरवाली नु होर बनाओ कुनाल ज्वेलर ते आओ गहनियां नाल सज तज के बागो बाग हो जाओ असी तुहाडी पसंद दे 22 अते 24 कैरेट दे कड़े चेन कॉइंस डायमंड कट बैंगल्स ऑर्डर ते तैयार करदे हां गहनियां दी रिपेयर भी इत्थे ही करदे हां ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 718-478-7200 ਯਾਦ ਰੱਖੋ ਕੁਨਾਲ ਜੁਐਲਰ 37-08 74 ਸਟਰੀਟ ਜੈਕਸਨ ਹਾਈਟਸ ਨਿਊਯਾਰਕ ਟੈਕਸ ਪ੍ਰੋਬਲਮ ਨੋ ਪ੍ਰੋਬਲਮ ਕੰਪਿਊਟੈਕਸ ਆਈਐਨਸੀ ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ ਕੰਪਿਊਟੈਕਸ ਆਈਐਨਸੀ ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਿਸ MTA ਟੈਕਸਿਸ ਵਰਕਰਸ ਕੰਪਨਸੇਸ਼ਨ ਬੁੱਕਕੀਪਿੰਗ ਆਦਿ ਵੀ ਕਰਦੇ ਹਾਂ ਕੰਪਿਊਟੈਕਸ ਆਈਐਨਸੀ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ 20 ਸਾਲਾਂ ਦਾ ਤਜਰਬਾ ਵੀ ਕਵਰ ਆਲ 50 ਸਟੇਟਸ ਅਸੀਂ ਪੰਜਾਬੀ ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 718-371-5555 718-426-5695 Breed Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Breed Furniture can do it all. Te apni pasand da furniture khareedo. Valinder Singh ji nu ajji call karo 718-849-4530 or 917-774-8566. Breed Furniture. ਵੈਲਕਮ ਬੈਕ ਹਾਂਜੀ ਪਰਮਿੰਦਰ ਭੈਣ ਜੀ ਪਲੀਜ਼ ਮੈਂ ਤੁਹਾਡੇ ਨਾਲ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੀ ਹਾਂ ਯੂਟਿਊਬ 'ਤੇ ਗੈਟ ਪੰਜਾਬੀ USA ਟਾਈਪ ਕਰੋ ਜਦੋਂ ਆਏਗਾ ਤਾਂ ਤੁਹਾਨੂੰ ਵੱਖਰੇ ਵੱਖਰੇ ਵਿੰਡੋਜ਼ ਨਜ਼ਰ ਆਉਣਗੀਆਂ ਉੱਥੇ ਤੁਸੀਂ ਵੇਖੋਗੇ SDD ਯਾਨੀ ਕਿ ਸਾਂਝ ਦਿਲਾਂ ਦੀ ਫਿਰ ਤਰੀਕ ਹੋਏਗੀ ਅੱਜ ਜਿਵੇਂ ਕਿ ਤਰੀਕ ਹੈਗੀ ਹੈ ਅੱਜ ਕੀ ਤਰੀਕ ਹੈਗੀ ਹੈ ਅੱਜ 12 ਤਰੀਕ ਹੈ ਕਿ 13 ਤਰੀਕ ਹੈ ਜੀ ਹਾਂਜੀ ਦੱਸਿਓ ਜ਼ਰਾ ਮੈਂ ਜ਼ਰਾ ਭੁੱਲ ਗਈ ਬੱਚੇ ਦਾ ਹੋਮਵਰਕ ਕਰਾਉਂਦੇ ਕਰਾਉਂਦੇ ਐਨੀਵੇ ਮਜ਼ਾਕ ਕਰ ਰਹੀ ਹਾਂ ਸੋ ਅੱਜ ਦੇ ਦਿਨ ਯਾਨੀ ਕਿ ਜੋ ਅਸੀਂ ਵੀਰਵਾਰ ਨੂੰ ਘਰੇਲੂ ਨੁਕਤੇ ਕਰ ਰਹੇ ਹੈਗੇ ਹਾਂ ਸੋ ਤਰੀਕ ਦੇ ਹਿਸਾਬ ਨਾਲ ਐਪੀਸੋਡ ਅਸੀਂ ਉਸ 'ਤੇ ਅਪਲੋਡ ਕਰਦੇ ਹਾਂ ਤੁਸੀਂ ਤਰੀਕ ਖਿਆਲ ਕਰੋ ਐਵਰੀ ਵੈਨਸਡੇ ਯਾਨੀ ਹਰ ਬੁੱਧਵਾਰ ਨੂੰ ਅਸੀਂ ਘਰੇਲੂ ਨੁਕਤੇ ਔਰ ਤੁਹਾਡੇ ਸਾਰਿਆਂ ਦੇ ਨਾਲ ਤੁਹਾਡੇ ਸਾਰਿਆਂ ਦੇ ਬਹੁਤ ਜ਼ਿਆਦਾ ਸਾਰਿਆਂ ਦਾ ਖਿਆਲ ਕਰਨ ਵਾਲੇ ਸਾਰਿਆਂ ਦੀ ਮਦਦ ਕਰਨ ਵਾਲੇ ਪੁਰਸ਼ੋਤਮ ਅੰਕਲ ਆਪਣੇ ਟਾਈਮ ਦੀ ਪਰਵਾਹ ਨਾ ਕਰਦੇ ਹੋਏ ਸਾਡੇ ਨਾਲ ਜੁੜਦੇ ਨੇ ਔਰ ਇਸ ਸ਼ੋਅ ਨੂੰ 4 ਚੰਨ ਲਾਉਂਦੇ ਨੇ ਸੋ ਉਹਨਾਂ ਦੀ ਦਿੱਸੀਆਂ ਹੋਈਆਂ ਜਿਹੜੀਆਂ ਵੀ ਰੈਮਡੀਜ਼ ਹੈਗੀਆਂ ਉਹ ਤੁਸੀਂ ਯੂਟਿਊਬ 'ਤੇ ਪਲੀਜ਼ ਸਰਚ ਕਰੋ ਸ਼ੇਅਰ ਕਰੋ ਉਸਨੂੰ ਸਾਰਿਆਂ ਦੇ ਨਾਲ ਜਿਸ ਕਰਕੇ ਸਾਨੂੰ ਦੁਬਾਰਾ ਉਹ ਚੀਜ਼ ਰਿਪੀਟ ਨਾ ਕਰਨੀ ਪਏ ਹਾਂਜੀ ਨੈਕਸਟ ਕਾਲ ਲੈਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਕੌਣ ਗੱਲ ਕਰ ਰਹੇ ਹੋ ਹਾਂਜੀ ਮੈਂ ਮਨਦੀਪ ਕੋ ਹਾਂਜੀ ਮਨਦੀਪ ਦੱਸੋ ਜੀ ਹਾਂਜੀ ਮੇਰੇ ਹੈ ਨਾ ਜੀ ਮੈਂ ਰਾਤ ਨੂੰ ਪੈਨੀਆ ਮੈਨੂੰ ਖੰਗ ਸਰ ਕੇ ਨੱਕੋਂ ਵੀ ਰੇਸਾ ਡੈਗਦਾ ਗਲੇ 'ਚ ਵੀ ਡੈਗਦਾ ਠੀਕ ਹੈ ਫਿਰ ਤੁਸੀਂ ਭੈਣ ਜੀ ਆਹ ਜਿਹੜਾ ਨੁਕਤਾ ਦੱਸਿਆ ਨਾ ਅੰਕਲ ਨੇ ਰੇਸ਼ੇ ਵਾਲਾ ਸਵਰਣ ਬੰਗ ਤੇ ਲੋਹ ਪਸਮ ਹਾਂਜੀ ਮੈਂ ਸੁਣਿਆ ਨਹੀਂ ਹੈਗਾ ਮੈਂ ਬਾਹਰ ਗਈ ਸੀ ਅੱਛਾ ਨਹੀਂ ਫਿਰ ਸਵਰਣ ਬੰਗ ਤੇ ਲੋਹ ਭਸਮ ਹੈਗੀ ਆ ਆਹ ਤੁਸੀਂ ਇੰਡੀਆ ਤੋਂ ਮੰਗਾਓ
ਤੇ ਚਾਵਲ ਦੇ ਦਾਣੇ ਜਿੰਨੀ ਹਾਂਜੀ ਕੀ ਚੀਜ਼ਾਂ ਦੱਸੀਆਂ ਸਵਰਣ ਬੰਗ ਤੇ ਲੋਹ ਪਸਮ ਹਾਂਜੀ ਠੀਕ ਹੈ ਇਹਨਾਂ ਨੂੰ ਤੁਸੀਂ ਜਿਹੜਾ ਇੰਡੀਆ ਤੋਂ ਮਿਲਣਗੀਆਂ ਦੋ ਚਾਵਲ ਦੇ ਦਾਣੇ ਜਿੰਨੀ ਸ਼ਹਿਦ ਦੇ ਨਾਲ ਇਸ ਨੂੰ ਚਟੋ ਜਿਹੜਾ ਰੇਸ਼ਾ ਹੈਗਾ ਉਹ ਨਿਕਲ ਜਾਏਗਾ ਹਾਂਜੀ ਇੱਕ ਮੇਰੇ ਬਾਲ ਬਹੁਤ ਝੜ ਗਿਆ ਟੀਵੀ ਤੇ ਇਹ ਜੇ ਗੱਲ ਦੱਸੀ ਨਹੀਂ ਚੰਗੀ ਤਰ੍ਹਾਂ ਮੈਂ ਪ੍ਰੋਗਰਾਮ ਹੁਣ ਦੇਖਦੀ ਆ ਵੀ ਇਸ ਤਰ੍ਹਾਂ ਝੜਦੇ ਆ ਕਿਉਂ ਝੜਦੇ ਨੇ वाल चढ़न दे लई पुरुषोत्तम अंकल ने सारियां लई दस्या नुक्ता प्रोग्राम दे शुरू दे विच नोट कर लो शिकाकाई दियां फलियां आमला ते रिठे रिठड़े बोलदे आ जिसनूं 200-200 ग्राम शिकाकाई दियां फलियां आमला ते रिठे सुके तीनों चीजां सुकियां 200-200 ग्राम 2 किलो पानी दे विच इन्हां नूं उबलन वास्ते रखो और जेड़ा अलोवेरा हुंदा है उसका एक पत्ता उसका गुदा कट के वह भी इस दे विच पा दिओ जदों अद्धा रह जाए उस तो बाद इसनू चंगी तरह जेड़ा तुसी छान लवो गाढ़ा हो जाएगा इसनू छान के चंगी तरह सिर धोन तो पहले 30 मिनट अद्धा घंटा हफ्ते च 2 या 3 वारी इसनू वालां ते लाओ तुहाडे वाल चढ़न तो हट जाणगे ते मजबूत हो जाणगे चलो ठीक है जी ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂ ਸ਼ਰਨ ਨਾਲ ਗੱਲ ਕਰ ਸਕਦੇ ਹਾਂ ਹਾਂਜੀ ਕਰੋ ਜੀ ਗੱਲ ਹਾਂਜੀ ਗੱਲ ਕਰੋ ਭੈਣ ਜੀ ਫੋਨ ਲਾਈਵ ਪ੍ਰੋਗਰਾਮ ਤੇ ਹੀ ਮਿਲਿਆ ਟੀਵੀ ਤੇ ਆਵਾਜ਼ ਹੌਲੀ ਕਰ ਦਿਓ ਪਲੀਜ਼ ਹਾਂਜੀ ਓਕੇ ਮੇਰਾ ਕੁਐਸਚਨ ਸੀਗਾ ਕਿ ਇਹਨਾਂ ਨੂੰ ਪੁਰਸ਼ੋਤਮ ਅੰਕਲ ਨੂੰ ਪੁੱਛ ਸਕਦੇ ਹਾਂ ਕਿ ਜੇ ਪੀਰੀਅਡ ਜਦੋਂ ਮੈਨੂੰ ਬਹੁਤ ਲਾਈਟ ਆਉਂਦੇ ਉਹਦੀ ਕੋਈ ਹੈਗੀ ਆ ਅੱਛਾ ਓਕੇ ਤੁਹਾਡੇ ਡਾਕਟਰ ਕੀ ਕਹਿੰਦੇ ਆ ਹਾਂ ਮੈਂ ਡਾਕਟਰ ਨੂੰ ਤਾਂ ਵੈਸੇ ਪੁੱਛਿਆ ਨਹੀਂ ਓਕੇ ਚਲੋ ਠੀਕ ਹੈ ਇਸ ਦੇ ਲਈ ਥੋੜੀ ਜੀ ਮੈਨੂੰ ਡਿਟੇਲ ਵਿੱਚ ਤੁਸੀਂ ਈਮੇਲ ਕਰੋ ਔਰ ਈਮੇਲ ਤੇ ਮੈਨੂੰ ਆਪਣਾ ਫੋਨ ਨੰਬਰ ਵੀ ਦੱਸੋ ਜੇ ਅਸੀਂ ਪੁਰਸ਼ੋਤਮ ਅੰਕਲ ਕੁਝ ਇਸ ਦੇ ਬਾਰੇ ਦੱਸਣਗੇ ਕਿ ਤੁਹਾਨੂੰ ਕੁਝ ਦੱਸਣ ਦੀ ਜ਼ਰੂਰਤ ਹੈ ਤੇ ਅਸੀਂ ਤੁਹਾਨੂੰ ਖੁਦ ਕਾਲ ਕਰਾਂਗੇ ਜੇ ਕੋਈ ਇਸਦਾ ਨੁਕਤਾ ਹੋਇਆ ਨਾ ਫਿਰ ਅਸੀਂ If you get the answer from Purushottam uncle, just shoot me an email back. So I'm going to send you an email. I'm going to give you a detail. Okay? Haan, theek hai, sure. All right. Thank you. Ji, Sat Sri Akal. Kaun gal kar rahe ho? Hello, Sherry. Sat Sri Akal. Ji, haan ji. Haan ji, Sherry, meri na bhatiji hai gi. Oda bachcha na 4 mahine da hai. Achha ji. ਉਹ ਜਾ ਸੁੱਤਾ ਹੁੰਦਾ ਨਾ ਉਹ ਜਿਵੇਂ ਛਾਤੀ ਬੋਲਦੀ ਆ ਖੜ ਖੜ ਹੁੰਦੀ ਆ ਐਵੇਂ ਕਰਦਾ ਅੱਛਾ ਠੀਕ ਹੈ ਹਾਂਜੀ ਇੱਕ ਮੈਂ ਆਪਣਾ ਵੀ ਪੁੱਛਿਆ ਜੀ ਤੁਹਾਨੂੰ ਵੀ ਮੈਨੂੰ ਨੱਕ ਤੋਂ ਨਹੀਂ ਸਾਹ ਆਉਂਦਾ ਵੀ ਫਿਰ ਮੂੰਹ ਰਾਹੀਂ ਆਉਂਦਾ ਮੂੰਹ ਵੀ ਸੁੱਕ ਜਾਂਦਾ ਤਾਂ ਜਿੱਦਾਂ ਘਰਾੜੇ ਆਉਂਦੇ ਏਦਾਂ ਆਉਂਦਾ ਅੱਛਾ ਚਲੋ ਠੀਕ ਹੈ ਪੁੱਛਦੇ ਹਾਂ ਪੁਰਸ਼ੋਤਮ ਅੰਕਲ ਤੋਂ ਅੰਕਲ ਜੀ ਹਾਂਜੀ ਹਾਂਜੀ ਆ ਸਾਡੀ ਭੈਣ ਜੀ ਨੇ ਪੁੱਛਿਆ ਕਿ ਬੱਚੇ ਨੂੰ ਖੜ ਖੜ ਮੈਂ ਸੋਚਦੀ ਹਾਂ ਬਜ਼ੁਰਗਾਂ ਨੂੰ ਤੇ ਬਹੁਤ ਐਕਸਪੀਰੀਅੰਸ ਹੋ ਜਾਂਦਾ ਹੈ ਇਸ ਵਕਤ ਤੱਕ ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਦੱਸ ਦਿਓ ਇਸ ਦੇ ਬਾਰੇ ਕੀ ਬੱਚੇ ਦੀ ਛਾਤੀ ਜਾਮ ਹੈ ਕੀ ਕਰਨਾ ਚਾਹੀਦਾ ਉਹ ਬੇਟਾ ਜੀ ਜਿਹੜੀ ਇਸ ਤਰ੍ਹਾਂ ਛਾਤੀ ਜਾਮ ਜਿਵੇਂ 4 ਮਹੀਨੇ ਦਾਸੀ 4 ਮਹੀਨਿਆਂ ਦਾ ਬੱਚਾ ਹੈ ਹਾਂਜੀ ਤੇ ਜ਼ਿਆਦਾ ਤੇ ਆ ਵੀ ਜਿਵੇਂ ਗਰਮ ਪਾਣੀ ਨਾਲ ਨੂੰ ਆ ਕੇ ਕਿਸੇ ਠੰਡੀ ਥਾਂ ਦੇ ਲੈ ਆਉਣਾ ਇਹ ਚੀਜ਼ ਇਸ ਤਰ੍ਹਾਂ ਕਰਕੇ ਹੁੰਦੀ ਹੈ ਠੀਕ ਹੈ ਸਭ ਤੋਂ ਵਧੀਆ ਤਾਂ ਇਹ ਆ ਬੇਟਾ ਜੀ ਵੀ ਜਿਵੇਂ ਸੌਂਫ ਬਨਕਸ਼ਾ ਸੌਂਫ ਬਨਕਸ਼ਾ ਜੂਫਾ ਹਾਂਜੀ ਕਾਜਬਾਨ ਸੌਂਫ ਬਨਕਸ਼ਾ ਜੂਫਾ ਤਾਜਵਾਨ ਤਾਜਵਾਨ ਜੀ ਅੱਛਾ ਜੀ ਮਲੱਠੀ ਮਲੱਠੀ ਤੇ ਵੱਡੀ ਇਲਾਚੀ ਵੱਡੀ ਇਲਾਚੀ ਹਾਂਜੀ ਤੇ ਦਾਲਚੀਨੀ ਤੇ ਦਾਲਚੀਨੀ ਠੀਕ ਹੈ ਕਿੰਨੇ ਕਿੰਨੀ ਸਾਰੀਆਂ ਚੀਜ਼ਾਂ ਭਾਵੇਂ 10-10 ਗ੍ਰਾਮ ਹੀ ਲਿਆ ਕੇ ਦੇ ਦਾ ਪਾਊਡਰ ਬਣਾ ਲੈਣਾ
चमचे दा चौथा हिस्सा पानी किन्ने दे विच उबालिए बच्चे सारा दिन थोड़ा थोड़ा करके चटाओ ठीक है कुश्ता जेडी बलगम आ थुक नाल ते बच्चा कढदा नहीं गा क्योंकि न्याणा हुंदा जी उहनूं आपां अखी वी चार महीने ते उहने की बार नूं थुकणा उहदी लैटरी लाइन सही जिसे जे आपे उह बलगम जिहड़ी उहदी छाती तों साफ हो जाए ओके ठीक है हां जी ठीक है अंकल तो वधिया तरीका है कि कोई होर कोई हार्ड मेडिसिन आपां उहनूं दे नहीं सकदे छोटा बहुत अच्छा अंकल ए फिर जिहड़े आंटी ने सानूं पुछिया हैगा कि इहनां नूं नक तों साह बंद आंदा हैगा मैं तुहानूं ब्रेक तों बाद पुछदी हां प्लीज होल्ड करो मिलदे हां ब्रेक तों बाद मिराज बैंकेट हॉल एंड रेस्टोरेंट वेडिंग हो गई या बर्थडे पार्टी मिराज है परफेक्ट हर सेलिब्रेशन लिए मिराज इंडियन क्यूजिन विद प्रॉपर सिटिंग फैसिलिटी विजिटर्स लिए प्राइवेट पार्किंग फैसिलिटी भी अवेलेबल है जो करते हैं पूरी तुहाड़ी हर तरह की प्रिंटिंग नी जिवें साइन बैनर्स अवार्ड टी शर्ट एंड मेनी मोर नाल ही डिजाइन किए जाते हैं कस्टम बिजनेस कार्ड ए करते हैं फ्लैग्स से साइंस की शिपिंग ऑल 48 स्टेट्स विच होर जानकारी लिए कॉल करो America's favorite fashion store. Visit our showroom in Chicago and New Jersey or online at sahil.com. मैं गुरदीप सिंह संधू तुहाडा होम्योपैथिक कंसल्टेंट पिछले 26 साल होम्योपैथिक मेडिकल कॉलेजां विच पढ़ाने तो बाद 17 सालों तो बे एरिया विच थोड़ी सेवा कर रहा हाँ होम्योपैथिक मेडिसिन ते ट्रीटमेंट दे रही बेसिक तौर पर हर आदमी नूं जाननियां बड़ियां जरूरी ने कि हर बीमारी की शुरुआत सब तो पहला एहसास तो होंदी है तुसी हर बीमारी के संबंध में गल्लां जान सको कि की हो सकता है उहदे पिछे कारण की हो सकते हैं और उन्हां दा निवारण किवें हो सकता है सौखे तरीके दे नाल ताकि वह भयानक रूप धारण करन तो पहला ही छेती तो छेती वो ठीक हो सके मैं गुरदीप सिंह संधू तुहाडा होम्योपैथिक कंसल्टेंट 1192 ईस्ट सेंटा क्लारा स्ट्रीट सैन होजे दे उपर मेरा फोन नंबर 408-687-1899 चीना ज्वेलर्स सैक्रामेंटो कैलिफोर्निया एथे अवेलेबल है 22 कैरेट गोल्ड ज्वेलरी ते गोल्ड कॉइंस असी करदे हां गोल्ड कॉइंस दी शिपिंग पूरे यूएसए में एक्सक्लूसिव वैरायटी ब्राइडल सेट्स ते बैंगल्स विच कस्टमर्स दी तसल्ली लई गोल्ड प्योरिटी चेक करन लई कंप्यूटराइज्ड मशीन असी पे करदे हां टॉप डॉलर तुसी अपनी ज्वेलरी गहने भी रख सकते हो लोन फॉर गोल्ड अपना सोना रखो ते ले जाओ कैश फॉर एनी इंक्वायरी कॉल इंद्रजीत सिंह या विजिट करो चीना ज्वेलर्स वाहे गुरु वाहे गुरु वाहे Thank you.
खालसा वाहे गुरु जी की फतेह। वेलकम बैक जी। हेलो अंक। हाँ जी। हाँ जी, एक ईमेल आई हैगी है सानू। कई बारी मैं बड़ी कंफ्यूज जानी हाँ, क्योंकि ना मुड़ मुड़ के उही गल्लां होंदी और मैनू लगता है कि दर्शक जां तां बेचारे नू सुन नहीं सके और मैं सोचदी हां जी कारण हुंदा जी। हाँ जी, सुन नहीं पाउंदे, मजबूरी हुंदी किसी दी। हां सच्ची बैठी होवां सामने ते मैं सारा कुछ उन्हां नूं दस दियां, पर मेरे लिए भी बड़ी मजबूरी हुंदी है। हां जी, इंस्टाग्राम ने जेड़ा भाई लागे को पढ़िया लिखिया परिवार है ओदे तों हेल्प ले लिया करनी, ई चीज हो सकदी है ओदे। हां जी, ता हो नहीं सकदा। हां जी, हाँ जी, बिल्कुल होल्ड करो अंकल प्लीज। प्यारे दर्शको, यूट्यूब दा मतलब की है कि जेड़ा प्रोग्राम तुसी जाते रिकॉर्डिंग ते लालवो, नहीं रिकॉर्डिंग ते लगदा ते कोई भी तुहाडे घर बच्चा आंदा है, कोई पढ़िया लिखिया हैगा, तुसी बुजुर्ग हो, तुहानू नहीं पता, उहनां नू तुसी कह सकदे हो कि यूट्यूब ते जाके गैट पंजाबी यूएसए टाइप करन और उत्थे साडे जिहड़े आ घरेलू नुक्तियां दे एपीसोड हैगे आ उह तुहानू मिल जाणगे, तुसी चैक कर सकदे हो। So next call. जी सत श्री अकाल। सत श्री अकाल जी। हां जी, कौन गल कर रहे हो? मैं बलवीर सिंह कर रहा जी। हां जी, मेरे को ना रीढ़ दी हड्डी दे विच दर्द रहदा मगर लक दे। अच्छा जी, रीढ़ दी हड्डी विच दर्द है, कदों तो दर्द है, की वजह हुई, इक्को दम दर्द होया? ए नहीं, है ता थोड़ा थोड़ा पहला ही, 5 साल मेनू इत्थे आए नु हो गए, कुछ इंडिया भी रहंदा सीगा, कोई सट नहीं वजी हुई। हां जी, वैसे होण लग गया, हुण जद कोई ज्यादा भारी काम करदे आ तां ज्यादा तकलीफ होण लग जांदी है। अच्छा, तुहाडी किन्नी उमर है? उमर मेरी लगभग 60 साल दे गेड़ा। अच्छा जी, ठीक है, ठीक है सर, देखदे आ जे पुरशोत्तम अंकल कोल कोई इलाज हैगा ते। हेलो। हां जी। हां जी अंकल, हुणे पुछिया साडे बुजुर्गां ने कि रीढ़ दी हड्डी दे विच दर्द रहंदा है उहनां नूं। एक बेटा जी हैगा है तुहाडा साहिब अगर मिठा तेलिया। मिठा तेलिया? हां जी। हां जी, ते दूजा जी भी ए जे ज्यादा पेन हुंदी रहंदी है ते फेर नाल अद्धा तोला पा लेण विच रूपा पसम। अद्धा तोला रूपा पसम? जी, ए चारियां चीजां नूं एक चौल तों चार चौल दे दाणे जिन्नी मनक्के दे विच खाण, चौथी चीज की सीगी? रूपा पसम। तीन चीजां होईयां ना जी? ठीक है, किनिया किनिया? अद्धा तोला ते रूपा पसम सीगी। ਆਪਦੀ ਮਰਜ਼ੀ ਨਾਲ ਜੀ, ਵੇਖੋ ਜਿੰਨੇ ਉਹ ਸਮਝੇ ਜ਼ਿਆਦਾ ਪੇਨ ਹੁੰਦੀ ਹੈ ਲਗਾਤਾਰ ਉਹਨਾਂ ਦੇ ਬੈਕ ਪੇਨ ਉਸ ਤਰ੍ਹਾਂ ਦੀ ਦੀ ਵਿੱਚ ਹੁੰਦੀ ਰਹਿੰਦੀ ਹੈ ਤੇ ਥੋੜਾ ਜਿਹਾ ਜ਼ਿਆਦਾ ਵੀ ਮੰਗਾ ਲੈਣ ਜੇ ਦੋ ਦੋ ਤੋਲੇ 20-20 ਗ੍ਰਾਮ ਮੰਗਾ ਲੈਣ। ਅੱਛਾ, ਠੀਕ ਹੈ ਅੰਕਲ। ਨਹੀਂ, ਤਿੰਨ ਚੀਜ਼ਾਂ ਹੀ ਸੀ ਬੇਟਾ ਜੀ, ਤਿੰਨ ਚੀਜ਼ਾਂ ਮੈਂ ਦੱਸੀਆਂ ਨੇ, ਤਿੰਨੇ ਚੀਜ਼ਾਂ ਹੀ ਇਹ ਮਿਲਾ ਕੇ ਇਹ ਮਨੱਕੇ ਦੇ ਵਿੱਚੋਂ ਦਾਣੇ ਕੱਢ ਦੇਣ ਤੇ ਮਨੱਕੇ ਦੇ ਵਿੱਚ ਪਾ ਦੇਣੇ ਚਾਰ ਚੌਲ ਦੇ ਦਾਣੇ ਜੀ, ਨਹੀਂ ਤਾਂ ਉਹਨੂੰ ਅੱਗੋਂ ਬੰਦ ਕਰ ਲਿਆ ਕਰਨ ਤੇ ਦੁੱਧ ਨਾਲ ਜਾਂ ਜਿਵੇਂ ਗਰਮ ਪਾਣੀ ਨਾਲ ਜਾਂ ਗਰਮ ਚਾਹ ਨਾਲ ਇੱਕ ਟਾਈਮ ਤੇ ਲੈ ਲੈਣ ਤੇ ਉਹ ਠੀਕ ਹੋ ਜਾਣ। ਠੀਕ ਹੈ ਅੰਕਲ। ਹਾਂਜੀ, ਠੀਕ ਹੈ, ਪਲੀਜ਼ ਹੋਲਡ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
हेलो शेरी जी। हां जी जी हां जी, मेरा मकान नंबर फोन मिलया प्लीज। हां जी दस करो की गल करती हूं। हां जी मैं पूछना सीगा भी जे तुसी अंकल जी नु पूछ सकदे हो प्लीज, मेनू जदा थायराइड दी प्रॉब्लम आ। हां जी हां जी 12 13 साल हो गए हुण जदा टेस्ट करवाया सीगा भी थायराइड ग्लैंड दा साइज थोड़ा जिहा ਵੱਡਾ ਹੋਇਆ ਕਹਿੰਦੇ ਡਾਕਟਰ ਵਾਇਟ ਤੇ ਇੱਕ ਮੈਂ ਇਦਾਂ ਪੁੱਛਣਾ ਸੀਗਾ ਵੀ 10-15 ਸਾਲ ਹੋ ਗਏ ਮੇਰੀ ਲੱਤ ਦੇ ਵਿੱਚ ਪੇਨ ਹੁੰਦੀ ਹੈ ਲੈਫਟ ਲੈਗ ਦੇ ਵਿੱਚ। ਹੂੰ ਹਾਂਜੀ ਨੀ ਤੋਂ ਲੈ ਕੇ ਐਂਕਲ ਤੱਕ ਜਾਂਦੀ ਜਿੱਦਾਂ ਮੈਂ ਚੌਂਕੜੀ ਮਾਰ ਕੇ ਵੀ ਬੈਠ ਸਕਦੀ ਹੈਗੀ। ਮੇਰਾ MRI ਟੈਸਟ ਹੋਇਆ ਸੀ, ਮੇਰੇ ਜਿਹੜਾ ਗੋਡਾ ਵਾ ਉਹਦੇ ਥੱਲੇ ਥੋੜੀ ਜਿਹੀ ਕਹਿੰਦੇ ਗੰਢ ਬਣੀ ਹੋਈ ਹੈ ਛੋਟੀ ਜਿਹੀ ਵੀ ਉਹ ਮੈਂ ਹਜੇ ਸਪੈਸ਼ਲਿਸਟ ਦੇ ਜਿੱਦਾਂ ਅਪਾਇੰਟਮੈਂਟ ਨਹੀਂ ਮਿਲੀ ਹੈਗੀ ਭਤੀਜੀ ਹੈ ਛੋਟੀ ਆ ਬੱਚੀ ਹਾਲੇ 4 ਕੁ ਮਹੀਨੇ ਦੀ ਕਹਿੰਦੀ ਮੇਰੀ ਬੱਚੀ ਆ। ਸੋਰੀ ਮੈਂ ਇਸ ਬਾਰੇ ਹੁਣੇ ਤੇ ਕੁਝ ਨਹੀਂ ਕਹਿ ਸਕਦੀ ਆ, ਮੈਨੂੰ ਉਹਨਾਂ ਨੂੰ ਕਹੋ ਕਿ ਮੇਰੇ ਨਾਲ ਈਮੇਲ ਕਰਨ, ਮੈਨੂੰ ਕੁਝ ਦੱਸਣ, ਫਿਰ ਉਸ ਤੋਂ ਬਾਅਦ ਕੋਈ ਗੱਲ ਕਰਦੇ ਆ, ਪਰ ਥੋੜਾ ਮੈਨੂੰ ਅਜੀਬ ਲੱਗ ਰਿਹਾ, ਮੈਨੂੰ ਲਾਈਵ ਪ੍ਰੋਗਰਾਮ 'ਚ ਕੀ ਦੱਸਾਂ। ਠੀਕ ਹੈ ਬੇਟਾ, ਸੱਚ ਮੈਂ ਵੀ ਇਦਾਂ ਚਾਹੁੰਦੀ ਸੀ, ਮੈਂ ਕਿਹਾ ਇਦਾਂ ਸੰਗ ਆਉਂਦੀ ਪੁੱਛ। ਨਹੀਂ ਸੰਗ ਆਉਂਦੀ ਹੈ, ਸਾਰੇ ਸੁਣਦੇ ਆ ਨਾ, ਫਿਰ ਪਰਸਨਲ ਗੱਲ ਹੈਗੀ ਆ। ਹੁਣ ਕੋਈ ਗੱਲ ਨਹੀਂ, ਆਪਣੀ ਭਤੀਜੀ ਨੂੰ ਤੁਸੀਂ ਕਹੋ, ਮੈਨੂੰ ਈਮੇਲ ਲਿਖੇ sherry@getpunjabi.tv ਜੇ ਉਹ ਲਿਖ ਸਕਦੀ ਹੈ ਤੇ, ਔਰ ਨਹੀਂ ਤੇ ਕਦੀ ਪ੍ਰੋਗਰਾਮ ਤੋਂ ਬਾਅਦ ਜੇ ਟਾਈਮ ਲੱਗੇਗਾ ਕਦੀ ਕਾਲ ਮਿਲ ਗਈ ਤੇ ਫਿਰ ਗੱਲ ਕੋਈ ਨਾ ਕੋਈ ਕਰਾਂਗੇ। ਠੀਕ ਹੈ ਬੇਟਾ, ਇੱਕ ਮੇਰੇ ਹੈ ਨਾ ਪਿੱਠ ਦੇ ਵਿੱਚ ਪ੍ਰੋਬਲਮ ਹੈ ਬੇਟਾ, ਮੈਂ ਭਾਜੀ ਨੂੰ ਪੁੱਛਣਾ ਚਾਹੁੰਦੀ ਸੀ। ਅੱਛਾ ਜੀ, ਕੀ ਕੀ ਪ੍ਰੋਬਲਮ ਹੈ ਪਿੱਠੇ 'ਚ? ਮੇਰੇ ਪਿੱਠ ਵਿੱਚ ਪਹਿਲਾਂ ਮੈਂ ਕਹਿੰਦੀ ਰਹੀ ਬਵਾਸੀਰ ਹੈ, ਜਿੱਦਾਂ ਹੁਣ ਮੈਂ ਬਵਾਸੀਰ ਦੀ ਵੀ ਦਾਣੀ ਦਵਾਈ ਖਾਧੀ, ਉਹਦੇ ਨਾਲ ਬਹੁਤ ਠੀਕ ਸੀ, ਜਿੱਦਾਂ ਵਿੱਚ ਕੁਛ ਹੁੰਦੀ ਪ੍ਰੋਬਲਮ ਤੇ ਫੋੜੇ ਆਂਗੇ ਇਦਾਂ ਮੈਨੂੰ ਲੱਗਦਾ ਰਹਿੰਦਾ ਭਾਰਾ ਭਾਰਾ, ਨਾ ਮੈਂ ਦੱਸ ਹੀ ਸਕਦੀ ਕਿਸੇ ਨੂੰ, ਬੜਾ ਮੈਂ ਔਖੀ ਜਿਹੀ ਸਿਹਤ ਮੇਰੀ। ਅੱਛਾ, ਫਿਰ ਤੁਸੀਂ ਇੱਦਾਂ ਕਰੋ, ਮੈਨੂੰ ਤੁਸੀਂ ਫੋਨ ਨੰਬਰ ਭੇਜੋ ਕਿਸੇ ਤੋਂ, ਇਹ ਜਿਹੜਾ ਟੀਵੀ ਤੇ ਸਾਹਮਣੇ ਲਿਖਿਆ ਆ ਰਿਹਾ ਹੈ ਨਾ, ਤੁਸੀਂ ਲਿਖ ਸਕਦੇ ਹੋ ਇਹ ਸਾਹਮਣੇ ਐਡਰੈਸ? ਹਾਂਜੀ ਬੇਟਾ, ਤਾਂ ਲਿਖ ਲੈਂਦੇ ਹਾਂ। ਹਾਂ, sherry@getpunjabi.tv। ਤੁਸੀਂ ਮੈਨੂੰ ਬਿਲਕੁਲ ਨਾ ਪਰਵਾਹ ਕਰੋ, ਅੰਗਰੇਜ਼ੀ 'ਚ ਲਿਖਣਾ ਕੁਛ ਹੈ, ਹਾਂ ਕੰਪਿਊਟਰ ਵਿੱਚ ਵਰਡਸ ਜਿਹੜੇ ਆ ਅੰਗਰੇਜ਼ੀ 'ਚ ਹੁੰਦੇ ਆ, ਜਿਸ ਤਰ੍ਹਾਂ ਮਰਜ਼ੀ ਮੈਨੂੰ ਲਿਖੋ, ਪਰ ਆਪਣੀ ਗੱਲ ਜਿਹੜੀ ਮੈਨੂੰ ਜੇ ਨਹੀਂ ਅੱਜ ਕਾਲ ਮਿਲੀ ਹੈਗੀ ਆ, ਮੈਨੂੰ ਆਪਣਾ ਫੋਨ ਨੰਬਰ ਤੇ ਆਪਣੀ ਪ੍ਰੋਬਲਮ ਡਿਟੇਲ ਵਿੱਚ ਭੇਜੋ ਕਿ ਮੈਂ ਉਸਨੂੰ ਪੜ੍ਹ ਕੇ ਸਮਝ ਕੇ ਫਿਰ ਪੁਸ਼ੋਤਮ ਅੰਕਲ ਨੂੰ ਦੱਸ ਸਕਾਂ, ਫਿਰ ਤੁਹਾਡੀ ਕੋਈ ਮਦਦ ਕਰ ਸਕਾਂ। ਠੀਕ ਹੈ? ਓਕੇ ਬੇਟਾ। ਠੀਕ ਹੈ ਆਂਟੀ, ਚੰਗਾ, ਠੀਕ ਹੈ। ਕਈ ਵਾਰੀ ਬਿਲਕੁਲ ਸਮਝ ਨਹੀਂ ਆਉਂਦਾ ਮੈਂ ਹੁਣ ਕੀ ਜਵਾਬ ਦਿਆਂ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹਾਂਜੀ, ਕੌਣ ਬੋਲ ਰਹੇ ਹੋ? ਤੁਸੀਂ ਜਦੋਂ ਤੱਕ ਟੀਵੀ ਤੇ ਸੁਣ ਰਹੇ ਹੋ, ਮੈਂ ਉਦੋਂ ਤੱਕ ਦੂਜੀ ਕਾਲ ਲੈ ਲੈਣੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਹਾਂਜੀ ਠੀਕ ਹੈ ਜੀ, ਮੈਂ ਰਿਚਮੰਡ ਹਿਲ ਤੋਂ ਬੋਲ ਰਹੀ ਆ। ਹਾਂਜੀ ਦੱਸੋ ਜੀ। ਹਾਂ ਮੈਂ ਪੁੱਛਣਾ ਸੀ ਕਿ ਦੰਦਾਂ 'ਚ ਬਹੁਤ ਦਰਦ ਹੁੰਦੀ ਹੈ ਤੇ ਉਹਨਾਂ ਦਾ ਕੋਈ ਇਲਾਜ ਹੈਗਾ ਤਾਂ ਦੱਸਿਓ। ਅੱਛਾ, ਮੇਰੀ ਗੱਲ ਸੁਣੋ, ਵੈਸੇ ਜਦੋਂ ਹੁਣੇ ਪੁਰਸ਼ੋਤਮ ਅੰਕਲ ਦਾ ਫੋਨ ਡਿਸਕਨੈਕਟ ਹੋ ਗਿਆ, ਲਾਈਨ ਤੇ ਸੀਗੇ ਉਹ ਮੇਰੇ ਨਾਲ, ਪਰ ਦੰਦਾਂ ਦੇ ਲਈ ਸਭ ਤੋਂ ਸੌਖਾ ਮੈਂ ਤੁਹਾਨੂੰ ਦੱਸਦੀ ਆ, ਸਾਰੇ ਮਸੂੜਿਆਂ 'ਚ ਦਰਦ ਹੁੰਦੀ ਹੈ। ਹਾਂਜੀ, ਕੁਹਾੜਾ ਵੀ ਜਿੱਦਾਂ ਨੇ ਨਾ ਉਹ ਖੋੜ ਜਿੱਦਾਂ ਹੁੰਦੇ ਨੇ ਉਹ ਬਣ ਗਏ ਨਾ। ਅੱਛਾ, ਇੱਕ ਦਾੜ 'ਚ ਦਰਦ ਬਹੁਤ ਹੁੰਦੀ ਵੀ। ਦਾੜ 'ਚ ਦਰਦ ਦੇ ਲਈ ਤਾਂ ਲਸਣ ਦੱਸਿਆ ਸੀਗਾ ਪੁਰਸ਼ੋਤਮ ਅੰਕਲ ਨੇ ਸ਼ਾਇਦ, ਯਾਦ ਜੇ ਲਸਣ ਰੱਖਣਾ ਉਸ ਦੇ ਰਸ ਦੇ ਨਾਲ ਆਰਾਮ ਆਂਦਾ ਹੈ, ਪਰ ਐਨੀਵੇ ਫਿਰ ਵੀ ਪੁੱਛ ਲਾਂਗੇ। ਪਰ ਜਿਹੜੀ ਹਲਦੀ ਔਰ ਲੂਣ ਹੈਗਾ ਨਾ, ਉਸ ਨੂੰ ਬਰਾਬਰ ਬਰਾਬਰ ਲੈ ਕੇ 2-4 ਬੂੰਦਾਂ ਸਰੋਂ ਦੇ ਤੇਲ ਦੀਆਂ, ਸਾਰੇ ਜਣੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ। ਵੈਸੇ ਤੁਹਾਡਾ ਜਿਹੜਾ ਟੂਥਬ੍ਰਸ਼ ਹੈ ਉਹ ਪੀਲਾ ਜ਼ਰੂਰ ਹੋ ਜਾਏਗਾ, ਪਰ ਕੋਈ ਗੱਲ ਨਹੀਂ, ਡਾਕਟਰ ਦੇ ਇਲਾਜ ਤੋਂ ਤੁਸੀਂ ਬਚ ਸਕਦੇ ਹੋ, ਇੱਕੋ ਦਮ ਆਰਾਮ ਨਹੀਂ ਆਏਗਾ। ਜੇਕਰ ਦੰਦ ਚਿੱਟੇ ਵੀ ਹੈਗੇ ਆ ਤਾਂ ਵੀ ਤੁਸੀਂ ਇਸ ਨੂੰ ਰਾਤੀ ਸੌਣ ਤੋਂ ਪਹਿਲੇ ਮਤਲਬ ਉਂਗਲ ਤੇ ਚੰਗੀ ਤਰ੍ਹਾਂ ਲਗਾ ਕੇ ਕਰਕੇ ਚੰਗੀ ਤਰ੍ਹਾਂ ਮਸਾਜ ਕਰੋ, ਲੂਣ ਤੇ ਹਲਦੀ ਤੇ ਸਰੋਂ ਦਾ ਤੇਲ। ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜਿਹੜੀ ਫਿੰਗਰ ਹੈਗੀ ਆ ਉਹ ਯੈਲੋ ਹੋ ਗਈ ਹੈ, ਇਟਸ ਓਕੇ, ਚੰਗੀ ਤਰ੍ਹਾਂ ਵਾਸ਼ ਕਰ ਲਵੋ,
वैसे टूथब्रश जिहड़ा हैगा ओह पीला हो जाए कोई गल नहीं, उस दे नाल तुसीं चंगी तरह करो मसाज, तुहानूं बहुत आराम आ जाएगा। ठीक है, ओके जी, सब तो सौखा तरीका है, सब तो सौखा, और मैं भी वरतदी हां। अच्छा, हाँ, सीरियसली करो करो करो, दो चार वारी करो, कोसे कोसे पानी नाल, मतलब जिस तरह कुल्ला कर दे ना, कोसे पानी नाल करो, तुसी गार्गल्स करो तो बिल्कुल ठीक हो जाएगा। चलो ठीक है, ठीक है, और सारे जने जिहड़े हो ना माउथ वॉश जरूर रखो, क्योंकि उस दे विच फिर भी जो है जो एंटी बैक्टीरियल होंदे आ, जो उस दे विच लिक्विड हैगा, उस दे नाल थोड़ी अधियां प्रॉब्लम्स जिहड़ियां मुंह दियां ਉਹ ਠੀਕ ਹੋ ਜਾਣਗੀਆਂ, ਬੈਡ ਬ੍ਰੈਥ ਤੋਂ ਵੀ ਬਚੋਗੇ ਤੁਸੀਂ। ਸੋ ਮਾਊਥ ਵਾਸ਼ ਜ਼ਰੂਰ ਘਰ ਦੇ ਵਿੱਚ ਰੱਖੋ, ਸੌਖਾ ਤਰੀਕਾ ਹੈਗਾ। ਇੱਕ ਤੋਂ ਇੱਕੋ ਦਮ ਤੁਹਾਨੂੰ ਬ੍ਰਸ਼ ਨਹੀਂ ਕਰਨਾ ਹੈਗਾ, ਤੁਹਾਨੂੰ ਸਮੈਲ ਆ ਰਹੀ ਹੈ, ਤੁਹਾਨੂੰ ਬੁਰਾ ਲੱਗ ਰਿਹਾ, ਕਿਉਂਕਿ ਜਦੋਂ ਅਸੀਂ ਬ੍ਰਸ਼ ਕਰਦੇ ਹਾਂ ਨਾ, ਬ੍ਰਸ਼ ਤੋਂ ਬਾਅਦ ਸਾਡੇ ਜਿਹੜੇ ਮਸੂੜ ਆ, ਵੈਸੇ ਬਾਏ ਦਵੇ ਬ੍ਰਸ਼ ਲਿੱਤਾ, ਬ੍ਰਸ਼ ਦੇ ਉੱਪਰ ਪੇਸਟ ਲਾਈ, ਪੇਸਟ ਨੂੰ ਭਰ ਲਿੱਤਾ, ਪਹਿਲੀ ਬਰਬਾਦੀ ਕਰ ਲੈਂਦੇ ਤੁਸੀਂ ਇੰਨੀ ਸਾਰੀ ਪੇਸਟ ਦੀ, ਥੋੜ੍ਹੀ ਜਿਹੀ ਪੇਸਟ ਲਗਾਓ, ਕਿਉਂਕਿ ਪੇਸਟ ਵਿੱਚ ਵੀ ਸਾਰੇ ਕੈਮੀਕਲ ਹੈਗੇ ਆ, ਓਕੇ, ਦਾਤਨ 'ਤੇ ਹੈ ਨਹੀਂ ਕਿ ਜਿੰਨੀ ਮਰਜ਼ੀ ਲਾ ਲਿੱਤੀ, ਥੋੜ੍ਹੀ ਜਿਹੀ ਪੇਸਟ ਲਗਾਓ। ਔਰ ਉਸ ਤੋਂ ਬਾਅਦ ਜਿਨ੍ਹਾਂ ਨੂੰ ਦੰਦਾਂ 'ਚੋਂ ਬਲੀਡਿੰਗ ਹੁੰਦੀ ਹੈ, ਖੂਨ ਆਉਂਦਾ ਦੰਦਾਂ 'ਚੋਂ, ਇਹ ਨੋਰਮਲ ਨਹੀਂ, ਇਸ ਨੂੰ ਲੈਣਾ ਚਾਹੀਦਾ, ਉਸ ਦੇ ਨਾਲ ਤੁਹਾਡੇ ਦੰਦ ਕਮਜ਼ੋਰ ਹੋ ਰਹੇ ਆ। ਦੇਖੋ, ਤੁਸੀਂ ਆਪਣੇ ਬਾਡੀ ਦੇ ਕਿਸੇ ਹਿੱਸੇ ਨੂੰ ਰਗੜੋ ਔਰ ਕਰੀਮ ਲਾਓ, ਥੋੜ੍ਹੀ ਜਿਹੀ ਮਸਾਜ ਕਰੋ, ਉੱਥੋਂ ਖੂਨ ਆਏ, ਇਹ ਦੰਦ ਵੀ ਤੁਹਾਡੇ ਸਰੀਰ ਦਾ ਇੱਕ ਹਿੱਸਾ ਹੈਗੇ ਆ, ਔਰ ਜੇਕਰ ਤੁਹਾਡੇ ਦੰਦਾਂ 'ਚੋਂ ਖੂਨ ਆ ਰਿਹਾ ਹੈਗਾ, ਔਰ ਤੁਸੀਂ ਜਿਹੜਾ ਤੁਹਾਡਾ ਟੁੱਥਬਰੱਸ਼ ਹੈ, ਇੱਕ ਤਾਂ ਜਿਨ੍ਹਾਂ ਦੇ ਟੁੱਥਬਰੱਸ਼ ਦੇ ਐਵੇਂ ਡਿਜ਼ਾਇਨ ਬਣ ਜਾਂਦੇ ਆ ਨਾ, ਜਦੋਂ ਬਾਥਰੂਮ 'ਚ ਹੱਥ ਧੋਣ ਜਾਓ, ਸਾਰਿਆਂ ਦੇ ਟੁੱਥਬਰੱਸ਼ ਨਾ ਮੁਸਕਰਾਉਂਦੇ ਹੋਏ, ਉਸਦਾ ਮਤਲਬ ਹੈ ਕਿ ਉਹਨਾਂ ਨੂੰ ਸੁੱਟ ਦਿਓ ਤੁਸੀਂ, ਉਹਨਾਂ ਨੂੰ ਵਰਤਣ ਦੀ ਜ਼ਰੂਰਤ ਨਹੀਂ ਹੈ। ਇੰਨੀ ਮਹਿੰਗੇ ਮਹਿੰਗੇ ਤੁਸੀਂ ਮੇਕਅਪ ਖਰੀਦ ਲੈਂਦੇ, ਤੁਹਾਡੇ ਤੋਂ $2-4 ਦਾ ਟੁੱਥਬਰੱਸ਼ ਨਹੀਂ ਖਰੀਦਿਆ ਜਾਂਦਾ। ਸੋ ਟੁੱਥਬਰੱਸ਼ ਪਲੀਜ਼, ਜੇਕਰ ਤੁਹਾਡਾ ਟੁੱਥਬਰੱਸ਼ ਖਰਾਬ ਹੋ ਗਿਆ, ਉਹਨੂੰ ਰਾਈਟ ਅਵੇ ਸੁੱਟ ਦਿਓ, ਉਹਨੂੰ ਦੰਦਾਂ 'ਤੇ ਕਿਸਾਨ ਦੀ ਜ਼ਰੂਰਤ ਨਹੀਂ ਹੈਗੀ ਹੈ, ਪਹਿਲੀ ਗੱਲ। ਜੇ ਤੁਹਾਡਾ ਟੁੱਥਬਰੱਸ਼ ਹਾਰਡ ਹੈਗਾ, ਯਾਨੀ ਕਿ ਬ੍ਰਸ਼ ਤੁਹਾਨੂੰ ਲੱਗਦਾ ਦੰਦਾਂ 'ਤੇ ਕਿ ਬਹੁਤ ਹਾਰਡ ਹੈ, ਪਰ ਹੁਣ ਕੀ ਕਰੀਏ, ਸਾਡੇ ਕੋਲ ਕੋਈ ਇਲਾਜ ਹੀ ਨਹੀਂ ਹੈਗਾ। ਸੋ ਉਸਦੇ ਲਈ ਤੁਸੀਂ ਕਰ ਸਕਦੇ ਹੋ, ਆਪਣੇ ਜਿਹੜਾ ਵਾਸ਼ ਬੇਸਿਨ ਹੈਗਾ, ਉਸਦਾ ਗਰਮ ਪਾਣੀ ਵਾਲਾ ਟੂਟੀ ਚਲਾਓ, ਉਸਦੇ ਥੱਲੇ ਉਸ ਬ੍ਰਸ਼ ਨੂੰ ਰੱਖੋ, ਗਰਮ ਗਰਮ ਪਾਣੀ ਦੇ ਥੱਲੇ ਉਸਦੇ ਸਾਰੇ ਬ੍ਰਿਸਲ ਜਿਹੜੇ ਹੈਗੇ ਆ ਉਹ ਬਿਲਕੁਲ ਸੌਫਟ ਹੋ ਜਾਣਗੇ। ਉਸਦੇ ਉੱਪਰ ਤੁਸੀਂ ਪੇਸਟ ਲਗਾਓ, ਥੋੜ੍ਹੀ ਜਿਹੀ ਪੇਸਟ ਲਗਾਓ, ਔਰ ਕੀ ਕਰਕੇ ਜਿਹੜੇ ਤੁਸੀਂ ਕਰੰਟ ਮਾਰਦੇ ਹੋ ਨਾ ਬ੍ਰਸ਼ ਦੇ ਨਾਲ ਆਪਣੇ ਮੂੰਹ 'ਤੇ, ਉਹ ਕਰਨ ਦੀ ਜ਼ਰੂਰਤ ਨਹੀਂ ਹੈਗੀ ਹੈ, ਥੋੜ੍ਹਾ ਜਿਹਾ ਟਾਈਮ ਦਿਓ। ਇਹ ਦੰਦ ਤੁਹਾਡੇ ਜਦੋਂ ਡਿੱਗ ਜਾਣੇ ਆ ਨਾ ਉਮਰ ਤੋਂ ਪਹਿਲੇ, ਫਿਰ ਤੁਹਾਨੂੰ ਬੜੀ ਮੁਸ਼ਕਲ ਆਏਗੀ, ਔਰ ਉਸਦਾ ਕੋਈ ਨੁਕਤਾ ਨਹੀਂ ਹੈਗਾ, ਉਸਦਾ ਸਿਰਫ ਇੱਕ ਸਭ ਤੋਂ ਸੌਖਾ ਨੁਕਤਾ ਜੀ, ਦੰਦ ਲਗਵਾ ਲਓ ਨਕਲੀ, ਜਦੋਂ ਰੋਟੀ ਖਾਣੀ ਹੋਏ ਮੂੰਹ 'ਚ ਦੰਦ ਲਾ ਲਓ, ਫਿਰ ਜਦੋਂ ਰੋਟੀ ਖਾ ਲਈ ਉਹਨਾਂ ਨੂੰ ਬ੍ਰਸ਼ ਕਰਕੇ ਅਤੇ ਸਾਈਡ 'ਤੇ ਰੱਖ ਲਓ, ਫਿਰ ਬਿਨਾਂ ਦੰਦਾਂ ਦੇ ਤੁਸੀਂ ਕਿਸੇ ਦੇ ਘਰ ਜਾਓਗੇ, ਤੁਹਾਨੂੰ ਆਪ ਨੂੰ ਚੰਗਾ ਨਹੀਂ ਲੱਗੇਗਾ। ਸੋ ਜ਼ਿਆਦਾ ਉਮਰ ਤੱਕ ਜੇ ਚਾਹੁੰਦੇ ਤੁਸੀਂ ਤੁਹਾਡੇ ਰੀਅਲ ਦੰਦ ਤੁਹਾਡੇ ਮੂੰਹ 'ਚ ਲੱਗੇ ਰਹਿਣ, ਸੋ ਉਸਦੇ ਲਈ ਤੁਸੀਂ ਇਹ ਹੁਣੇ ਤੋਂ ਬੱਚਿਆਂ ਦੇ ਨਾਲ ਇੱਕ ਸਿਸਟਮ ਬਣਾ ਲਓ ਕਿ ਤੁਸੀਂ ਆਪਣੇ ਦੰਦਾਂ 'ਤੇ ਜੋ ਬ੍ਰਸ਼ ਕਰਨਾ ਹੈਗਾ ਉਸਨੂੰ ਤਰੀਕੇ ਦੇ ਨਾਲ ਕਰਨਾ ਹੈਗਾ। ਕਿਵੇਂ ਕਰਨਾ ਹੁਣ, ਹੈ ਨਾ, ਚੈਰੀ ਨੂੰ ਤਾਂ ਡਾਕਟਰ ਬਣਾ ਤਾ, ਮੈਂ ਵੀ ਐਕਸਪਰਟ ਹੋ ਗਈ ਹਾਂ, ਐਨੀਵੇ ਬਹੁਤ ਛੋਟੀਆਂ ਮਾਮੂਲੀ ਗੱਲਾਂ ਹੈਗੀਆਂ, ਇਸ ਦੇ ਵਿੱਚ ਕੋਈ ਹੋਰ ਐਕਸਟਰਾ ਨੌਲੇਜ ਦੀ ਜ਼ਰੂਰਤ ਨਹੀਂ ਹੈਗੀ ਆ। ਜਿਹੜੇ ਮਸੂੜੇ ਹੈਗੇ ਆ ਇਹਨਾਂ ਨੂੰ ਜਿਵੇਂ ਅਸੀਂ ਉੱਪਰ ਉੱਪਰ ਕਰਕੇ ਕਰਦੇ ਹਾਂ, ਇਸਦਾ ਮਤਲਬ ਅਸੀਂ ਆਪਣੇ ਮਸੂੜਿਆਂ ਨੂੰ ਛਿੱਲ ਲੈਂਦੇ ਹਾਂ, ਅਸੀਂ ਉਹਨਾਂ ਦੀ ਜਗ੍ਹਾ ਬਣਾ ਰਹੇ ਹੈਗੇ ਹਾਂ। ਸੋ ਉੱਪਰ ਤੋਂ ਥੱਲੇ ਆਰਾਮ ਨਾਲ, ਔਰ ਜਿਹੜਾ ਖਾਣਾ ਦੰਦਾਂ ਦੇ ਵਿੱਚ ਫਸਿਆ ਹੁੰਦਾ ਹੈ, ਜਦੋਂ ਅਸੀਂ ਉੱਪਰ ਤੋਂ ਗੜਿਚ ਥੱਲੇ ਮਾਰਦੇ ਹੈਗੇ ਹਾਂ, ਉਹ ਸਾਰਾ ਖਾਣਾ ਸਾਡੇ ਥੱਲੇ ਦੇ ਮਸੂੜਿਆਂ ਦੇ ਵਿੱਚ ਜਮ੍ਹਾਂ ਹੋ ਜਾਂਦਾ ਹੈ। ਸੋ ਉੱਪਰ ਕਰਕੇ ਬ੍ਰਸ਼ ਨੂੰ ਚੰਗੀ ਤਰ੍ਹਾਂ ਦੰਦਾਂ ਨੂੰ ਕਲੀਨ ਕਰੋ, ਵਿੱਚ ਗੈਪ ਰੱਖੋ, ਬ੍ਰਸ਼ ਨੂੰ ਵਾਸ਼ ਕਰੋ ਗਰਮ ਪਾਣੀ ਦੇ ਥੱਲੇ, ਔਰ ਫਿਰ ਦੰਦਾਂ ਨੂੰ ਸਾਫ਼ ਕਰੋ। ਸੋ ਇਸ ਕਰਕੇ ਤੁਹਾਡਾ ਜਿਹੜਾ ਖਾਣਾ ਹੈ ਉਹ ਐਕਸਚੇਂਜ ਨਹੀਂ ਹੋਏਗਾ, ਔਰ ਜਦੋਂ ਬ੍ਰਸ਼ ਕਰ ਲਿੱਤਾ, ਤੁਸੀਂ ਜਿਹੜਾ ਹਲਦੀ, ਲੂਣ, ਸਰੋਂ ਦਾ ਤੇਲ ਤੋਂ ਤੁਹਾਨੂੰ ਨੁਕਤਾ ਦੱਸਿਆ ਹੈਗਾ, ਉਸ ਨੂੰ ਤੁਸੀਂ ਚੰਗੀ ਤਰ੍ਹਾਂ, ਸਰੋਂ ਦਾ ਤੇਲ ਕੀ ਹੈ, ਉਸਦੇ ਵਿੱਚ ਵੀ ਬਹੁਤ ਹੀਲਿੰਗ ਪ੍ਰੋਪਰਟੀਜ਼ ਹੈਗੀਆਂ, ਹਲਦੀ ਦੇ ਵਿੱਚ ਹੀਲਿੰਗ ਪ੍ਰੋਪਰਟੀਜ਼ ਹੈਗੀਆਂ, ਸਾਲਟ ਜਿਹੜਾ ਹੈਗਾ ਉਹ ਉਸਦੇ ਨਾਲ ਤੁਹਾਨੂੰ ਬਹੁਤ ਜਿਹੜਾ ਦੰਦਾਂ ਦੀ ਜਿਹੜੀ ਪਲਾਕ ਹੈਗਾ ਉਸਨੂੰ ਕਲੀਨ ਕਰਦਾ ਹੈ। ਸੋ ਤੁਸੀਂ ਇਹ ਤਿੰਨੋਂ ਚੀਜ਼ਾਂ ਲੈ ਕੇ ਐਵਰੀ ਡੇ ਰਾਤੀ ਤੁਸੀਂ ਵੇਖੋਗੇ ਤੁਹਾਡੇ ਦੰਦਾਂ 'ਚ ਖੂਨ ਆਉਣਾ ਘੱਟ ਹੋ ਗਿਆ, ਤੁਹਾਡੇ ਦੰਦ ਸਾਫ਼ ਵੀ ਹੋਣ ਲੱਗ ਗਏ ਨੇ। ਪਰ ਜੇ ਬਹੁਤ ਜ਼ਿਆਦਾ ਤੁਹਾਡੇ ਦੰਦਾਂ ਦੀ ਪ੍ਰੋਬਲਮ ਹੈ, ਤੁਸੀਂ ਹਲਦੀ, ਲੂਣ 'ਤੇ ਡਿਪੈਂਡੈਂਟ ਹੋ ਗਏ ਹੋ, ਉਹ ਨਾ ਕਰੋ, ਆਪਣੇ ਡੈਂਟਿਸਟ ਕੋਲ ਜਾਓ। ਐਨੀਵੇ, ਅੱਜ ਦਾ ਪ੍ਰੋਗਰਾਮ ਤਾਂ ਐਂਡ ਦੇ ਵਿੱਚ ਦੰਦਾਂ 'ਤੇ ਆ ਕੇ ਰੁਕ ਗਿਆ ਹੈਗਾ, ਕੱਲ੍ਹ ਦਿਨ ਤੁਹਾਨੂੰ ਪਤਾ ਹੈਗਾ ਗਾਣਿਆਂ ਦਾ ਦਿਨ ਹੈਗਾ, ਸੋ ਮੈਂ ਬੜੀ ਐਕਸਾਈਟਡ ਹੁੰਦੀ ਹਾਂ। ਕੋਈ ਮਹਿਮਾਨ ਨਾ ਵੀ ਆਏ, ਕੋਈ ਗੈਸਟ ਨਾ ਵੀ ਆਏ, ਪਰ ਅਸੀਂ ਸਾਰੇ ਬੜੇ ਕਾਫੀ ਹੈਗੇ ਹਾਂ, ਕਰਨਾ ਹੁੰਦਾ, ਅਸੀਂ ਕਿਹੜੇ ਐਕਸਪਰਟ ਹੈਗੇ ਹਾਂ, ਉਹ ਤਾਂ ਐਕਸਪਰਟ ਦਾ ਕੰਮ ਹੈਗਾ ਜਿਹੜੇ ਗਾਣੇ ਗਾਉਂਦੇ ਆ। ਸੋ ਪਿਆਰੇ ਦਰਸ਼ਕੋ, ਕੱਲ੍ਹ ਮਿਲਾਂਗੇ, ਕੋਈ ਗੱਲ ਰਹਿ ਗਈ ਹੋਏ ਈਮੇਲ ਕਰਨਾ ਨਾ ਭੁੱਲਿਓ, ਕਰ ਦਿਓ ਪੇਜ ਲਾਈਕ, ਸਾਂਝ ਦਿਲਾਂ ਦੀ, ਮਿਲਾਂਗੇ ਕੱਲ੍ਹ, ਸਤਿ ਸ਼੍ਰੀ ਅਕਾਲ।